ਹੈਲੋ ਅਤੇ ਜੀ ਆਇਆਂ ਨੂੰ ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ 'ਚ ਸਵਾਗਤ ਹੈ। ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਈਸਟਰਨ ਟਾਈਮ ਮੁਤਾਬਿਕ ਸ਼ਾਮ 8 ਵਜੇ ਅਤੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5 ਵਜੇ ਹਰ ਹਫ਼ਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਲਾਈਵ ਸ਼ੋਅ ਵੇਲੇ ਤੁਸੀਂ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਸਿੱਧੀ ਗੱਲਬਾਤ ਕਰ ਸਕਦੇ ਹੋ। ਜਿਸ ਵੇਲੇ ਇਸਦੇ ਰਿਪੀਟ ਸ਼ੋਅ ਹੁੰਦੇ ਨੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ। ਵਰਲਡਵਾਈਡ ਇਸ ਸ਼ੋਅ ਨੂੰ ਗਲੋਬਲ ਪੰਜਾਬ ਟੀਵੀ ਦੀ ਵੈਬਸਾਈਟ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਲਿੰਕ ਤੁਹਾਡੀ ਸਕਰੀਨ 'ਤੇ ਦੁਬਾਰਾ ਦੁਬਾਰਾ ਆਉਂਦਾ ਰਹਿੰਦਾ। ਪੁਰਾਣੇ ਸ਼ੋਅ ਯੂਟਿਊਬ 'ਤੇ ਵੀ ਉਪਲਬਧ ਨੇ, ਤੁਸੀਂ ਉੱਥੇ ਉਹਨਾਂ ਨੂੰ ਵੇਖ ਸਕਦੇ ਜੇ। ਜਿਵੇਂ ਮੈਂ ਕੱਲ੍ਹ ਕਿਹਾ ਸੀ ਕਿ ਅੱਜ ਫੇਕ ਇਨਕਾਊਂਟਰਸ ਯਾਨੀ ਝੂਠੇ ਜਾਂ ਫਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਆਪਾਂ ਗੱਲ ਕਰਨੀ ਹੈ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਬਹੁਤ ਚਰਚਿਤ ਜਿਹੜਾ ਬੰਦ ਗਲਾ ਸੂਟ ਜਿਸ ਦੀ ਬੋਲੀ ਲੱਗੀ ਹੋਈ ਸੀ 4.31 ਕਰੋੜ ਦਾ, ਹਾਂ 4.31 ਕਰੋੜ ਦਾ ਗਿਆ ਹੈ। ਇੱਕ ਸੂਰਤ ਦੇ ਹੀਰੇ ਦੇ ਵਪਾਰੀ ਲਾਲਜੀ ਪਟੇਲ ਹੁਣਾਂ ਨੇ ਇਸ ਨੂੰ ਖਰੀਦਿਆ ਹੈ। ਆਪਣੇ ਆਪਣੇ ਸ਼ੌਕ ਨੇ, ਵੈਸੇ ਇੰਨੇ ਦਾ ਸ਼ਾਇਦ ਨਿਊਯਾਰਕ 'ਚ ਇੱਕ ਸ਼ਾਨਦਾਰ ਘਰ ਵੀ ਖਰੀਦਿਆ ਜਾ ਸਕਦਾ ਹੈ, ਪਰ ਇੰਨੇ ਮਹਿੰਗੇ ਸੂਟ ਪਾਉਣ ਦਾ ਇੱਕ ਨੁਕਸਾਨ ਵੀ ਹੈ। ਇੱਕ ਸਾਡੇ ਵਰਗੇ ਗਰੀਬ ਮੁਲਕ ਦੇ ਵਿੱਚ ਜੇ ਕਿਸੇ ਲੁੱਟ ਖੋ ਕਰਨ ਵਾਲੇ ਨੇ ਸੂਟ ਜਿਹੜਾ ਵਾ ਜ਼ਬਰਦਸਤੀ ਕਿਤੇ ਲਵਾ ਲਿਆ ਤਾਂ ਬੰਦਾ ਬਿਨ ਕੱਪੜੀ ਰਹਿ ਸਕਦਾ। ਖੈਰ ਇਹ ਤਾਂ ਮਜ਼ਾਕ ਦੀ ਗੱਲ ਹੈ। ਜਿਵੇਂ ਮੈਂ ਕਿਹਾ ਸੀ, ਆਪਣੇ ਆਪਣੇ ਸ਼ੌਕ ਨੇ। ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਕਈ ਵਾਰਾਂ ਛਪੀਆਂ ਨੇ, ਇਹੋ ਜਿਹੀਆਂ ਖਬਰਾਂ ਆਪਣੇ ਪੰਜਾਬ ਅਤੇ ਕਸ਼ਮੀਰ ਦੇ ਵਿੱਚ ਵੀ ਆਉਂਦੀਆਂ ਰਹਿੰਦੀਆਂ ਨੇ। ਇਨਫੈਕਟ ਅੱਜ ਕੱਲ੍ਹ ਤਾਂ ਘੱਟ, ਪਰ ਪਹਿਲਾਂ ਕਾਫੀ ਇਹ ਖਬਰਾਂ ਆਉਂਦੀਆਂ ਸੀ। ਹੁਣ ਗੁਜਰਾਤ ਦੇ ਇੱਕ ਸਾਬਕਾ ਡੀ ਜੀ ਵਨਜ਼ਾਰਾ ਨੂੰ ਬੇਲ ਮਿਲਣ ਤੋਂ ਬਾਅਦ ਇਹ ਮਸਲਾ ਫਿਰ ਚਰਚਾ 'ਚ। ਵਨਜ਼ਾਰਾ ਇੱਕ ਇਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਸੀ। ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਉਹ ਬਹੁਤ ਇੱਕ ਦਲੇਰ ਅਫਸਰ ਨੇ, ਪਰ ਫਿਰ 2-3 ਕੇਸਾਂ ਦੀ ਜਾਂਚ ਅਤੇ ਤਹਿਕੀਕਾਤ ਤੋਂ ਬਾਅਦ ਇਹ ਸ਼ੱਕ ਹੋਣ ਲੱਗ ਪਿਆ ਕਿ ਉਹ ਸ਼ਾਇਦ ਮੁਕਾਬਲੇ ਜਿਹੜੇ ਉਹਨਾਂ ਨੇ ਕੀਤੇ ਸੀ ਉਹ ਫਰਜ਼ੀ ਸੀ। ਇਸ ਵੇਲੇ ਵਨਜ਼ਾਰਾ 'ਤੇ 2 ਬਹੁਤ ਗੰਭੀਰ ਦੋਸ਼ ਨੇ। ਇੱਕ ਤਾਂ ਹੈ ਕਿ ਉਸਨੇ ਅਤੇ ਉਹਨਾਂ ਦੇ ਨਾਲ ਦੇ ਜਿਹੜੇ ਪੁਲਿਸ ਸਾਥੀ ਸੀ ਉਹਨਾਂ ਨੇ 2004 ਦੇ ਵਿੱਚ ਇੱਕ ਨੌਜਵਾਨ ਲੜਕੀ ਇਸ਼ਰਾਤ ਜਹਾਨ ਅਤੇ ਉਹਦੇ 3 ਸਾਥੀਆਂ ਨੂੰ ਇੱਕ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ। ਪੁਲਿਸ ਦਾ ਦਾਅਵਾ ਸੀ ਕਿ ਇਹ ਸਾਰੇ LET ਲਸ਼ਕਰੇ ਤੈਬਾ ਨਾਂ ਦੀ ਇੱਕ ਅੱਤਵਾਦੀ ਗੁੱਟ ਦੇ ਮੈਂਬਰ ਸਨ, ਪਰ ਜਦੋਂ ਇਹ ਮਾਮਲਾ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਚੁੱਕਿਆ ਤਾਂ ਮੇਰੇ ਖਿਆਲ 2008 ਜਾਂ 2009 ਦੇ ਵਿੱਚ ਇੱਕ ਮੈਟਰੋਪੋਲੀਟਨ ਕੋਰਟ ਨੇ ਇਸ ਮੁਕਾਬਲੇ ਨੂੰ ਫਰਜ਼ੀ ਦੱਸਿਆ। ਗੁਜਰਾਤ ਪੁਲਿਸ ਨੇ ਇਸ ਦੇ ਖਿਲਾਫ਼ ਅਪੀਲ ਦਾਇਰ ਕੀਤੀ। ਉਸ ਤੋਂ ਬਾਅਦ ਇੱਕ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਹੋਇਆ ਔਰ ਉਸਨੇ ਵੀ ਇਸ ਮੁਕਾਬਲੇ ਨੂੰ ਝੂਠਾ ਦੱਸਿਆ। ਫਿਰ ਇਸ ਦੀ CBI ਵੱਲੋਂ ਜਾਂਚ ਹੋਈ। CBI ਟੀਮ ਨੇ ਵੀ ਇਸ ਇਨਕਾਊਂਟਰ ਦੇ ਝੂਠੇ ਹੋਣ ਦੀ ਪੁਸ਼ਟੀ ਕੀਤੀ। ਵਨਜ਼ਾਰਾ ਅਤੇ ਉਸਦੇ ਕੁਝ ਸਾਥੀ 7-8 ਸਾਲਾਂ ਤੋਂ ਜੇਲ੍ਹ 'ਚ ਸੀ, ਪਰ ਕੁਝ ਹੋਰ ਸੀਨੀਅਰ ਅਫਸਰ ਹਾਲੇ ਵੀ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵਡ ਆ, ਇੱਕ ਪਾਂਡੇ ਨਾਂ ਦੇ ਅਫਸਰ ਵੀ ਨੇ, ਉਹ ਹਾਲੇ ਤੱਕ ਇਨਫੈਕਟ ਫਰਾਰ ਨੇ। ਇੱਕ ਹੋਰ ਇਲਜ਼ਾਮ ਹੈ ਕਿ ਵਨਜ਼ਾਰਾ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਆ ਉਹਨਾਂ ਨੇ ਇੱਕ ਸਰਾਬੁਦੀਨ ਨਾਂ ਦੇ ਇੱਕ ਸੱਜਣ ਅਤੇ ਉਸਦੀ ਪਤਨੀ ਦਾ ਫਰਜ਼ੀ ਮੁਕਾਬਲਾ ਬਣਾਇਆ ਸੀ। ਇਹ ਗੱਲ ਸ਼ਾਇਦ ਉਹ ਜਿਹੜਾ ਪਹਿਲਾ ਕੇਸ ਹੈ 2004 ਦਾ, ਇਹ ਸ਼ਾਇਦ 2005 ਦਾ ਕੇਸ ਹੈ। ਪੁਲਿਸ ਨੇ ਸਰਾਬੁਦੀਨ ਨੂੰ ਇੱਕ ਗੈਂਗਸਟਰ ਦੱਸਿਆ ਸੀ। ਵਨਜ਼ਾਰਾ ਦੇ ਹੱਕ 'ਚ ਬੋਲਣ ਵਾਲਿਆਂ ਦਾ ਕਹਿਣਾ ਵਾ, ਮਾਫ਼ ਕਰਨਾ, ਜਿਹੜੇ ਉਹਨਾਂ ਦੇ ਹੱਕ 'ਚ ਬੋਲਦੇ ਆ, ਜਿਹੜੇ ਉਹਨਾਂ ਦੀ ਵਕਾਲਤ ਕਰਦੇ ਆ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਦੇ ਮਾਰਨ ਦਾ ਉਹਨਾਂ 'ਤੇ ਦੋਸ਼ ਹੈ ਉਹ ਸਾਰਿਆਂ ਦੇ ਅੱਤਵਾਦੀਆਂ ਦੇ ਨਾਲ ਲਿੰਕ ਸਨ ਅਤੇ ਪੁਲਿਸ ਵਾਲਿਆਂ ਨੇ ਉਹਨਾਂ ਦਾ ਇਨਕਾਊਂਟਰ ਕਰਕੇ ਕੁਝ ਗਲਤ ਨਹੀਂ ਕੀਤਾ। ਵਨਜ਼ਾਰਾ ਆਪ ਕਹਿੰਦੇ ਨੇ ਕਿ ਉਹਨਾਂ ਨੇ ਗੁਜਰਾਤ ਨੂੰ ਕਸ਼ਮੀਰ ਬਣਨ ਤੋਂ ਬਚਾਇਆ। ਜਿਹੋ ਜਿਹੇ ਹਾਲਾਤ ਇਸ ਵੇਲੇ ਕਸ਼ਮੀਰ 'ਚ ਆ, ਉਹੋ ਜਿਹੇ ਹਾਲਾਤ ਗੁਜਰਾਤ 'ਚ ਵੀ ਬਣ ਜਾਂਦੇ ਜੇ ਉਹ ਇਹੋ ਜਿਹੇ ਇਨਕਾਊਂਟਰ ਨਾ ਕਰਦੇ। ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੇ ਅੱਛੇ ਦਿਨ ਆ ਰਹੇ ਨੇ। ਅੱਛੇ ਦਿਨ ਜੋ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਛੇ ਦਿਨ ਦੀ ਗੱਲ ਕਰਦੇ ਰਹੇ, ਉਹ ਗੱਲ ਉਹਨਾਂ ਨੇ ਚੁੱਕ ਕੇ ਕਿਹਾ ਵਾ ਵੀ ਉਹਨਾਂ ਦੇ ਵੀ ਹੁਣ ਚੰਗੇ ਦਿਨ ਆ ਰਹੇ ਆ। ਬਹੁਤ ਸਾਲ ਅੰਦਰ ਰਹੇ ਆ ਅਤੇ ਹੁਣ ਉਹਨਾਂ ਦੀ ਬੇਲ ਹੋਣੀ ਸ਼ੁਰੂ ਹੋ ਗਈ ਹੈ। ਦੋਵਾਂ ਕੇਸਾਂ ਦੇ ਵਿੱਚ ਉਹਨਾਂ ਦੀ ਬੇਲ ਹੋ ਗਈ ਹੈ। ਵਨਜ਼ਾਰਾ ਦੇ ਹੱਕ 'ਚ ਬੋਲਣ ਵਾਲਿਆਂ ਦੇ ਵਿੱਚ ਨੇ ਮਨਿੰਦਰਜੀਤ ਸਿੰਘ ਬਿੱਟਾ,
ਮਨਿੰਦਰ ਜੀਤ ਸਿੰਘ ਬਿੱਟਾ ਆਪਣੇ ਪੰਜਾਬ ਅੰਮ੍ਰਿਤਸਰ ਤੋਂ ਨੇ, ਉਹਨਾਂ ਨੇ ਇੱਕ ਆਲ ਇੰਡੀਆ ਐਂਟੀ ਟੈਰਰਿਸਟ ਨਾਂ ਦੀ ਸੰਸਥਾ ਦਾ ਗਠਨ ਕੀਤਾ ਹੋਇਆ, ਬਣਾਈ ਹੋਈ ਹੈ, ਕਾਫੀ ਐਕਟਿਵ ਨੇ। ਜਿਸ ਵੇਲੇ ਵੰਜ਼ਾਰਾ ਦੀ ਬੇਲ ਹੋਈ ਤਾਂ ਬਿੱਟਾ ਹੁਣਾਂ ਨੇ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ। ਇੱਥੇ ਦੋ ਸਵਾਲ ਉੱਠਦੇ ਨੇ, ਮੈਂ ਇਹਨਾਂ ਦੋਵਾਂ ਸਵਾਲਾਂ ਬਾਰੇ ਇੱਕ ਵਿਸਥਾਰ ਦੇ ਵਿੱਚ ਚਰਚਾ ਕਰਨੀ ਚਾਹੂੰਗਾ, ਪਰ ਉਸ ਤੋਂ ਪਹਿਲਾਂ ਇੱਕ ਸੱਜਣ ਸਾਡੇ ਨਾਲ ਨੇ, ਆਓ ਇਹਨਾਂ ਦੀ ਗੱਲ ਸੁਣਦੇ ਹਾਂ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਰਜੀਨੀਆ ਦਾ ਬੋਲਦਾ ਘੁੰਮਣ। ਮੈਂ ਤੁਹਾਡਾ ਕੱਲ੍ਹ ਦੇ ਮੁੰਡੇ ਦੋ ਮਿੰਟ ਗੱਲ ਕਰ ਸਕਦਾ, ਬਾਬੇ ਡੇਰੇ ਬਾਬੇ ਨਾਨਕ ਬਾਰੇ? ਹਾਂਜੀ ਹਾਂਜੀ ਹਾਂਜੀ। ਮੈਂ ਤੁਹਾਨੂੰ ਉਹਨਾਂ ਦਾ ਨਾ ਇੱਕ ਉੱਥੋਂ ਤੁਹਾਡੇ ਕਾਲਰ ਸੀਗੇ, ਉਹ ਉਹਨਾਂ ਦਾ ਪਿੰਡ ਬਿਲਕੁਲ ਲਾਗੇ ਆ, ਇੱਥੇ 15-16 ਫੈਬਰੀ ਆ। ਤੁਸੀਂ ਕਿਹੜਾ ਟਾਈਮ ਲੱਗੇ ਨਾ ਉੱਥੇ ਜ਼ਰੂਰੀ ਜਾਓ। ਉੱਥੇ ਜਿੱਥੇ ਮਹਾਰਾਜ ਚੋਹਾਲ ਸਾਹਿਬ ਰੱਖਿਆ ਨਾ, ਉਹ ਸਿਰਫ ਇੱਕ ਨਾਰਮਲ ਬਰਾਂਡਾ ਜਿਹਾ ਰੱਖਿਆ, ਜਿੱਥੇ ਮੈਂ ਕਿਉਂਕਿ ਉੱਥੇ 3-4 ਇੱਥੋਂ ਕੇ ਜਾ ਕੇ ਵੇਖਿਆ, ਉਹਦਾ ਜੋ ਹਾਲਾਤ ਨੇ, ਲਾਗੇ ਛੋਟੇ ਘਰ ਨੇ, ਉੱਥੇ ਧੂੰਆਂ, ਕੋਈ ਸਬਜ਼ੀ ਬਣਾਉਂਦਾ ਜੋ ਕਰਦਾ। ਇੱਕ ਉਹ ਉਸ ਫੈਮਿਲੀ ਕੋਈ ਛੋਟੀ ਫੈਮਿਲੀ ਆ, ਜਾਂ ਮੈਨੂੰ ਪਤਾ ਕਿਹੜੀ ਫੈਮਿਲੀ ਆ, ਜਿਹੜੀ ਅੱਜ ਦਾ ਜਿਹੜਾ ਮੇਲਾ ਆ ਰਿਹਾ 2-3 ਵੀਕਾਂ ਵਿੱਚ, ਕਰੋੜਾਂ ਰੁਪਈਏ ਸਪੈਂਡ ਕਰਦੇ ਉੱਥੇ। ਭਾਈ ਸਾਹਿਬ ਦਾ ਤੁਹਾਨੂੰ ਸਹੀ ਦੱਸਿਆ, ਕੋਈ ਉੱਥੋਂ ਸੜਕਾਂ ਉੱਤੇ ਲੰਘ ਕੇ ਜਾਂਦਾ ਕੋਈ? ਤੁਸੀਂ ਮੇਰਾ ਪਲੀਜ਼, ਜੇ ਤੁਹਾਨੂੰ ਟਾਈਮ ਲੱਗੇ ਜ਼ਰੂਰੀ ਜਾਇਓ, ਤੁਹਾਨੂੰ ਕਿਹੜਾ ਟਾਈਮ ਲੱਗੇ ਜ਼ਰੂਰ। ਉਹਦਾ ਮੈਂ ਜਦੋਂ ਜਾ ਕੇ ਵੇਖਿਆ ਹਾਲਾਤ, ਤੇ ਮੇਰੇ ਆਪਣੇ ਦਿਲ 'ਚ ਆਇਆ, ਯਾਰ ਐਡੀ ਵੱਡੀ ਇੱਕ ਸੰਸਥਾ, ਮਹਾਰਾਜ ਸੱਚੇ ਪਾਤਸ਼ਾਹ ਦਾ ਇੱਥੇ ਪਿਆ ਆ, ਤੇ ਚੋਲਾ ਸਾਹਿਬ ਉਹਦੀ ਇੱਕ ਬਰਾਂਡੇ ਦੇ ਵਿੱਚ, ਉੱਥੇ 3 ਕੁ ਬੰਦੇ ਇੱਕ ਢੋਲਕੀਆਂ ਛੜਵੇਂ ਬਿਠਾਏ ਆ, ਉਹ 2 ਕੁ ਮਿੰਟ ਕੀਰਤਨ ਕਰਦੇ ਆ, ਮੁੜ ਕੇ ਉਹਨੂੰ ਪੁੱਛਿਆ ਵੀ ਇੱਥੇ ਕੀ ਚੱਕਰ ਆ। ਉਹ ਜਿਹੜੀ ਛੋਟੀ ਫੈਮਿਲੀ ਆ, ਜਵੇਦੀ ਫੈਮਿਲੀ ਆ, ਉਹਨਾਂ ਨੇ ਕਰੋੜਾਂ ਰੁਪਈਏ ਖਰਚਾ ਕੀਤਾ। ਉੱਥੇ ਤੁਸੀਂ ਜਾ, ਬਿਲਕੁਲ 2 ਫੁੱਟ ਦੀ ਜਗ੍ਹਾ ਆ, ਗਲੀ ਆ, ਜੋ ਜਾਓ ਅੰਦਰ, ਤੇ ਸੱਜੇ ਬੰਨੇ 7 ਮੂੰਹ ਖੂਹ ਆ ਬਣਾਇਆ ਜੀ। ਉਹਦੀ ਹਲੇਰਾ ਹਾਲਾਤ, ਇੱਥੋਂ ਦੀ ਜਿਹੜੀ 5-10-20 ਫੈਮਿਲੀ ਆ, ਉਹਨਾਂ ਨੂੰ ਮੈਂ ਰਿਸਕਟ ਕੀਤੀ ਪਰ ਜੇ ਤੁਸੀਂ ਇੱਥੇ ਰਹਿੰਦੇ ਹੋ ਤੇ ਜੇ 10-20 ਡਾਲਰ ਵੀ ਭੇਜੋ ਹਰ ਮਹੀਨੇ ਦੇ, ਤੇ ਉਹਦੀ ਜਿਹੜੀ ਲੋਕਿਆ ਬਹੁਤ ਚੰਗੀ ਬਣ ਸਕਦੀ ਆ। ਬਿਲਕੁਲ ਜੀ, ਆਪਾਂ ਜਿਵੇਂ ਕੱਲ ਵੀ ਗੱਲ ਕੀਤੀ ਸੀ, ਸੌਰੀ ਆ ਤੇ ਮੇਰਾ ਤੁਹਾਡਾ ਟਾਈਮ ਮਿਸ ਹੋ ਗਿਆ। ਮੈਂ ਨਹੀਂ 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 ਬਹੁਤ ਚੰਗੀ ਗੱਲ ਤੁਸੀਂ ਦੁਬਾਰਾ ਇਹ ਗੱਲ ਕੀਤੀ ਆ। ਇਨਫੈਕਟ ਆਪਾਂ ਜਿਵੇਂ ਕੱਲ ਕਿਹਾ ਸੀ ਵੀ ਇਸ ਥਾਂ ਨੂੰ ਜੇ ਸਰਕਾਰ ਅਡੋਪਟ ਨਹੀਂ ਕਰਦੀ ਤਾਂ ਮੇਰੇ ਖਿਆਲ ਕੁਛ NRI ਪਰਿਵਾਰਾਂ ਨੂੰ ਚਾਹੀਦਾ ਵਾ ਵੀ ਉਹ ਇਕੱਠੇ ਹੋ ਕੇ ਉਸ ਥਾਂ ਨੂੰ ਅਡੋਪਟ ਕਰਕੇ ਉੱਥੇ ਸੋਹਣੀ ਜਗ੍ਹਾ ਬਣਾਈ ਜਾਵੇ। ਔਰ ਜੇ ਗੁਰੂ ਨਾਨਕ ਸਾਹਿਬ ਦਾ ਇਹ ਵਾਕਈ ਉਹਨਾਂ ਦਾ ਆਪਣਾ ਚੋਲਾ ਵਾ ਤਾਂ ਉਹਨੂੰ ਉੱਥੇ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇ। ਔਰ ਜੇ ਉੱਥੇ ਨੇੜੇ ਤੇੜੇ ਦੇ ਧੂੰਆਂ ਵਗੈਰਾ ਨਾਲ ਨੁਕਸਾਨ ਵੀ ਹੋ ਸਕਦਾ, ਆਫਟਰਆਲ ਬਹੁਤ ਪੁਰਾਣਾ ਵਸਤਰਿਆ, ਤਾਂ ਇਸ ਕਰਕੇ ਉਹਨੂੰ ਪੂਰੇ ਸੰਭਾਲਣ ਦੀ ਲੋੜ ਹੈ। ਔਰ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਵਾ ਕਿਉਂਕਿ ਇਹ ਸਾਰਿਆਂ ਦੀ ਆਪਣੀ ਸਾਂਝੀ ਇੱਕ ਤਰੀਕੇ ਦੀ ਵਿਰਾਸਤ 'ਚ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਸਾਡੇ ਨਾਲ ਦਰਸ਼ਕ ਇਸ ਵੇਲੇ ਜੁੜੇ ਨੇ, ਔਰ ਉਹਨਾਂ ਦੇ ਵੀ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਦਲਵਿੰਦਰ ਸਿੰਘ ਸਿੱਧੂ ਬੋਲ ਰਿਹਾ ਜੀ, ਲੌਂਗ ਆਈਲੈਂਡ ਨਿਊਯਾਰਕ ਤੋਂ। ਹਾਂਜੀ ਦਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸੰਧੂ ਸਾਹਿਬ, ਇਟ ਗਿਵਸ ਅਸ ਐਨ ਇੰਪ੍ਰੈਸ਼ਨ ਕਿ ਲਾਅ ਸਾਡੇ ਮੁਲਕ 'ਚ ਪ੍ਰਵੇਲ ਨਹੀਂ ਕਰਦਾ ਜੀ। ਇਟਸ ਅ ਪੋਲੀਟੀਕਲ ਵਿਚ ਹੰਟ। ਇਹ ਸੇਮ ਵੰਜ਼ਾਰਾ ਆਈ ਥਿੰਕ ਅਪਰੋਕਸੀਮੇਟ 1 ਈਅਰ ਅਗੋ ਇਹਨੇ ਲੈਟਰ ਲਿਖੀ ਸੀ ਜੇਲ੍ਹ ਦੇ ਵਿੱਚੋਂ, ਕੰਡੈਮਿੰਗ ਅਮਿਤ ਸ਼ਾਹ ਐਂਡ ਕੰਡੈਮਿੰਗ ਮੋਦੀ ਜੀ, ਐਂਡ ਦ ਸੇਮ ਗਾਏ ਇਜ਼ ਕਮਿੰਗ ਆਊਟ ਐਂਡ ਸੇਇੰਗ ਅੱਛੇ ਦਿਨ ਆਏਗੇ। ਐਂਡ ਆਈ ਵਾਸ ਸੀਇੰਗ ਯੈਸਟਰਡੇ, ਅਸੀਂ ਦੇਖ ਰਹੇ ਸੀ ਟੀ ਵੀ 'ਤੇ, ਮਨਿੰਦਰਜੀਤ ਸਿੰਘ ਬਿੱਟਾ ਵਾਸ ਸਟੈਂਡਿੰਗ ਬਿਸਾਈਡ ਹਿਮ ਜੀ। ਐਂਡ ਕਿਹੜੇ ਪੰਜਾਬੀ ਨੂੰ ਮਨਿੰਦਰਜੀਤ ਸਿੰਘ ਬਿੱਟੇ ਬਾਰੇ ਅਸੀਂ ਭੁੱਲੇ ਹਾਂ ਜੀ। ਐਂਡ ਸੇਮ ਥਿੰਗ, ਲੈਟਸ ਨਾਟ ਟਾਕ ਅਬਾਊਟ ਗੁਜਰਾਤ, ਸੇਮ ਥਿੰਗ, ਨਿਊਮਰਸ ਕੇਸਿਸ ਹੈਪਨਡ ਇਨ ਪੰਜਾਬ, ਨਿਊਮਰਸ ਜੀ ਜੀ। ਸਮੇਤ ਸਿੰਘ ਸੈਣੀ DGP ਨੇ, ਇਹਨਾਂ ਦੇ ਵੀ ਜੁਡੀਸ਼ਰੀ ਦੇ ਵਿੱਚ ਇੰਨੇ ਕੇਸਿਸ ਚੱਲ ਰਹੇ ਆ। ਬਲਵਿੰਦਰ ਸਿੰਘ ਜਟਾਣਾ ਜੀ, ਵਨ ਆਫ ਦਾ ਨੋਨ ਸਿੱਖ, ਜਦੋਂ ਮੂਵਮੈਂਟ ਹੋਈ ਸੀ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦੀ 4 ਸਾਲ ਦੀ ਭਤੀਜੀ ਘਰੇ, ਮਤਲਬ ਉਹ ਸਾਰੇ ਘਰ ਨੂੰ ਅੱਗ ਲਾ ਦਿੱਤੀ। ਲਾਅ ਡਜ਼ਨਟ ਪ੍ਰਵੇਲ ਹਿੰਦੁਸਤਾਨ 'ਚ ਸੰਧੂ ਸਾਹਿਬ, ਦੈਟਸ ਦਾ ਬੋਟਮ ਲਾਈਨ ਆਫ ਇਟ ਜੀ। ਦੇਖੋ ਦਵਿੰਦਰ ਜੀ, ਮੈਂ ਮੇਰਾ ਇਹ ਮਕਸਦ ਇਸ ਅੱਜ ਦਾ ਇਹ ਚਰਚਾ ਦਾ ਹੀ ਇਹ ਸੀਗਾ ਕਿ ਜੇ ਇਹਦੇ ਵਿੱਚ ਸਾਡੇ ਲਾਅ ਦੇ ਵਿੱਚ ਖਾਮੀਆਂ ਨੇ ਤਾਂ ਆਪਾਂ ਨੂੰ ਉਹਨਾਂ ਨੂੰ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ। ਮੈਂ ਇਸੇ ਕਰਕੇ ਹੀ
ਅੱਜ ਇਹ ਮਸਲਾ ਜਿਹੜਾ ਵਾ ਦੁਬਾਰਾ ਲਿਆਂਦਾ ਵਾ, ਕਿਉਂਕਿ ਇਨਫੈਕਟ ਇਹਦੇ ਮਸਲੇ ਬਾਰੇ ਜਿਵੇਂ ਪਹਿਲਾਂ ਕਿਹਾ ਵੀ ਇਹ ਚਰਚਾ ਇਹਦੇ ਬਾਰੇ ਹੁੰਦੀ ਰਹੀ ਆ, ਪਰ ਫਿਰ ਇਹ ਠੰਡੇ ਬਸਤੇ 'ਚ ਪੈ ਜਾਂਦੀ ਆ। ਹੁਣ ਇਹ ਦੁਬਾਰਾ ਕਿਉਂਕਿ ਵਣਜ਼ਾਰਾ ਕਰਕੇ ਦੁਬਾਰਾ ਇੱਕ ਵਾਰੀ ਇਹ ਖਬਰਾਂ ਦੇ ਵਿੱਚ ਆ, ਅਤੇ ਮੈਂ ਇਸ ਕਰਕੇ ਇਹਦੇ 'ਤੇ ਅੱਜ ਵਿਚਾਰ ਕਰਨ ਜਾ ਰਿਹਾ ਵਾਂ। ਬਿਲਕੁਲ ਠੀਕ ਆ, ਮੈਂ ਕੱਲ੍ਹ ਪ੍ਰਿਆ ਪਿੱਲੇ ਦਾ ਵੀ ਕੇਸ, ਤੁਸੀਂ ਉਹ ਜਿਹੜੇ ਗ੍ਰੀਨ ਪੀਸ ਐਕਟੀਵਿਸਟ ਆ ਜਿਹਨਾਂ ਨੂੰ ਬਾਹਰ ਜਾਣ ਨਹੀਂ ਦਿੱਤਾ, ਸੋ ਮੇਰਾ ਖਿਆਲ ਆ ਸਾਡੇ ਇੱਥੇ ਜਿਹੜੀ ਡਾਈਸੈਂਟ ਆ, ਸਹਿਮਤੀ ਆ, ਉਹਨੂੰ ਅਸੀਂ ਐਕਸੈਪਟ ਨਹੀਂ ਕਰਦੇ। ਔਰ ਅਸੀਂ ਇੱਕ ਇਹ ਚਾਹੁੰਦੇ ਹਾਂ ਵੀ ਜੇ ਜੋ ਇੱਕ ਪੁਲਿਸ ਅਫਸਰ ਜਾਂ ਸਰਕਾਰ ਚਾਹੁੰਦੀ ਉਹੀ ਹੋਵੇ। ਮੇਰੇ ਖਿਆਲ ਕਈ ਵਿਊਜ਼ ਹੈ, ਸਾਰੇ ਵਿਊਜ਼ ਨੂੰ ਸੁਣਨਾ ਚਾਹੀਦਾ ਵਾ, ਔਰ ਲਾਅ ਮਸਟ ਪ੍ਰੀਵੇਲ, ਇਹ ਬੜਾ ਜ਼ਰੂਰੀ ਚੀਜ਼ ਹੈ। ਮੈਂ ਇਸੇ ਬਾਰੇ ਅੱਜ ਗੱਲ ਕਰ ਰਿਹਾ, ਮੈਨੂੰ ਥੋੜ੍ਹਾ ਗੱਲ ਪੂਰੀ ਆਪਣੀ ਕਰ ਲੈਂਦੇ, ਉਸ ਤੋਂ ਬਾਅਦ ਆਪਾਂ ਜ਼ਰੂਰ ਇਹਦੇ 'ਤੇ ਵਿਚਾਰ ਕਰਾਂਗੇ। ਮੈਂ ਤੁਹਾਡੇ ਦੁਬਾਰਾ ਤੁਸੀਂ ਜ਼ਰੂਰ ਕਾਲ ਕਰਿਓ, ਮੈਨੂੰ ਇੱਕ ਵਾਰੀ ਆਪਣੀ ਗੱਲ ਪੂਰੀ ਕਰ ਲੈਂਦੇ ਹੋ। ਸੋ ਮੈਂ ਗੱਲ ਕਰ ਰਿਹਾ ਸੀ ਵੀ ਇਸ ਸਾਰੇ ਮਸਲੇ 'ਤੇ ਦੋ ਸਵਾਲ ਉੱਠਦੇ ਨੇ, ਇੱਕ ਤਾਂ ਇਹ ਕਿ ਕੀ ਇਹ ਮੁਕਾਬਲੇ ਫਰਜ਼ੀ ਸਨ। ਆਪਣੇ ਦੋ ਮੁਕਾਬਲਿਆਂ ਦੀ ਗੱਲ ਕੀਤੀ ਆ, ਔਰ ਜੇ ਆਪਾਂ ਮੰਨ ਵੀ ਲਈਏ ਕਿ ਇਹ ਜਿਹੜੇ ਲੋਕ ਮਾਰੇ ਗਏ ਉਹ ਅੱਤਵਾਦੀ ਸਨ, ਤਾਂ ਕੀ ਉਹਨਾਂ ਨੂੰ ਇਸ ਤਰ੍ਹਾਂ ਫੜ ਕੇ ਮਾਰਨਾ ਜਾਇਜ਼ ਹੈ? ਇਹਦੇ ਦੋ ਇਹ ਸਵਾਲ ਉੱਠਦੇ ਆ। ਕਾਨੂੰਨੀ ਤੌਰ 'ਤੇ ਕਿਸੇ ਬੰਦੇ ਨੂੰ, ਭਾਵੇਂ ਉਹ ਦੋਸ਼ੀ ਜਾਂ ਮੁਜਰਿਮ ਹੋਵੇ, ਉਸਨੂੰ ਫੜ ਕੇ ਨਹੀਂ ਮਾਰਿਆ ਜਾ ਸਕਦਾ। ਹਾਂ, ਜੇ ਕੋਈ ਪੁਲਿਸ ਦਾ ਅੱਗੋਂ ਹਥਿਆਰਾਂ ਨਾਲ ਫਾਇਰ ਆਰਮਸ ਦੇ ਨਾਲ ਮੁਕਾਬਲਾ ਕਰਦਾ, ਤਾਂ ਪੁਲਿਸ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਸ ਨਾਲ ਨਜਿੱਠੇ, ਭਾਵੇਂ ਉਸ ਨੂੰ, ਕਿਉਂਕਿ ਅੱਗੋਂ ਉਹ ਫਾਇਰ ਕਰ ਰਿਹਾ, ਉਸਨੂੰ ਮਾਰਨਾ ਹੀ ਪਵੇ। ਇਸ ਉੱਪਰ ਕੋਈ ਕਾਨੂੰਨੀ ਦੋ ਰਾਇਆਂ ਨਹੀਂ ਨੇ। ਪਤਾ ਨਹੀਂ ਮਨਿੰਦਰਜੀਤ ਸਿੰਘ ਬਿੱਟਾ ਜਿਹੜੇ ਵਰਗੇ ਲੋਕ ਨੇ ਇਹ ਕਿਹੜੇ ਕਾਨੂੰਨ ਦੇ ਵਰਕੇ ਫੋਲ ਰਹੇ ਨੇ ਅਤੇ ਇਸ ਤਰ੍ਹਾਂ ਦੇ ਮੁਕਾਬਲਿਆਂ ਦੀ ਹਿਮਾਇਤ ਕਰਦੇ ਨੇ। ਬਿੱਟਾ 'ਤੇ ਇੱਕ ਬਹੁਤ ਸਾਲ ਪਹਿਲਾਂ ਇੱਕ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਹ ਮਸਾਂ ਹੀ ਉਹਦੇ 'ਚ ਬਚੇ ਸੀ, ਉਹਨਾਂ ਦੇ ਨਾਲ ਔਰ ਪੁਲਿਸ ਕਰਮੀ ਬਹੁਤ ਸਾਰੇ ਮਾਰੇ ਗਏ। ਉਹਨਾਂ ਸਾਰੇ ਪਰਿਵਾਰਾਂ ਨਾਲ ਸਾਨੂੰ ਜਿਹੜੇ ਮਾਰੇ ਗਏ ਉਹਨਾਂ ਨਾਲ ਹਮਦਰਦੀ ਆ। ਬਿੱਟਾ ਵੀ ਜ਼ਖਮੀ ਹੋਏ, ਉਹਨਾਂ ਨਾਲ ਵੀ ਸਾਡੀ ਹਮਦਰਦੀ ਆ, ਪਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਗੱਲ ਕਰਨੀ ਗੈਰ ਕਾਨੂੰਨੀ ਹੋਵੇਗੀ। ਇਹਦੇ 'ਤੇ ਮੈਂ ਬੜਾ ਕਲੀਅਰ ਹਾਂ, ਮੇਰੇ ਵਿਚਾਰ 'ਚ ਜਦੋਂ ਕੋਈ ਪੁਲਿਸ ਵਰਦੀ ਪਾ ਕੇ ਪਾ ਲੈਂਦਾ ਵਾ, ਉਹਦੇ 'ਤੇ ਕਾਨੂੰਨ ਦੀ ਪਾਲਣਾ ਕਰਨ ਦਾ ਇੱਕ ਫਰਜ਼ ਬਣ ਜਾਂਦਾ। ਜੇ ਉਹ ਵਰਦੀ ਪਾ ਕੇ ਫਰਜ਼ੀ ਮੁਕਾਬਲਾ ਬਣਾਉਂਦਾ ਜਾਂ ਕਰਦਾ ਵਾ, ਤਾਂ ਉਸ ਉੱਤੇ ਕਾਨੂੰਨ ਦੇ ਵਿੱਚ ਇੱਕ ਮੇਰੇ ਹਿਸਾਬ ਨਾਲ ਇੱਕ ਤਬਦੀਲੀ ਕਰਨੀ ਚਾਹੀਦੀ ਹੈ। ਵੈਸੇ ਕਾਨੂੰਨ ਕਾਫੀ ਸਖਤ ਆ, ਸਿਰਫ ਉਹਦੀ ਇਨਫੋਰਸਮੈਂਟ ਦੀ ਲੋੜ ਆ, ਪਰ ਤਬਦੀਲੀ ਵੀ ਜ਼ਰੂਰ ਪਏ, ਸੋ ਦੈਟ ਇੱਕ ਮੈਸੇਜ ਜਾਵੇ ਅਕਰੋਸ ਦੀ ਲਾਈਨ ਵੀ ਜੇ ਕੋਈ ਵਰਦੀ ਪਾ ਕੇ ਇਹੋ ਜਿਹਾ ਮੁਕਾਬਲਾ ਕਰਦਾ ਤਾਂ ਉਸ ਉੱਤੇ ਪਹਿਲਾਂ ਤੋਂ ਸੋਚੀ ਸਮਝੀ ਸਾਜਿਸ਼ ਅਧੀਨ ਕਤਲ ਦਾ ਕੇਸ ਬਣਾਉਣਾ ਚਾਹੀਦਾ। ਜੇ ਇਸ ਲਈ ਕਾਨੂੰਨ 'ਚ ਸੰਸ਼ੋਧਨ ਅਮੈਂਡਮੈਂਟ ਕਰਨ ਦੀ ਲੋੜ ਪਵੇ ਤਾਂ ਉਹ ਵੀ ਕਰਨੀ ਚਾਹੀਦੀ ਆ। ਇੱਕ ਲੋਕਤੰਤਰ ਦੇ ਵਿੱਚ ਜਿੱਥੇ ਰੂਲ ਆਫ ਲਾਅ, ਮਤਲਬ ਕਾਨੂੰਨ ਦਾ ਰਾਜ ਹੈ, ਇੰਡੀਆ ਦੇ ਵਿੱਚ ਰੂਲ ਆਫ ਲਾਅ ਦੀ ਅਸੀਂ ਗੱਲ ਕਰਦੇ ਹਾਂ, ਕਾਨੂੰਨ ਦਾ ਰਾਜ ਦੀ ਗੱਲ ਕਰਦੇ ਹਾਂ, ਉੱਥੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਰ ਮੈਂ ਇਹ ਸਾਫ ਕਰਨਾ ਚਾਹੁੰਦਾ ਕਿ ਹਾਂ, ਹਿੰਸਾ ਦੇ ਆਪਾਂ ਸਖਤ ਖਿਲਾਫ ਹਾਂ, ਹਿੰਸਾ ਦੀ ਨਿਖੇਧੀ ਕਰਨੀ ਚਾਹੀਦੀ ਹੈ, ਭਾਵੇਂ ਉਹ ਅੱਤਵਾਦੀ ਨੇ ਕੀਤੀ ਹੋਏ ਜਾਂ ਕਿਸੇ ਹੋਰ ਖਾਸ ਵਿਚਾਰਧਾਰਾ ਕਰਨ ਵਾਲੇ ਖਾੜਕੂ ਨੇ ਜਾਂ ਕਿਸੇ ਹੋਰ ਨੇ ਕਿਸੇ ਨੇ ਕੀਤੀ ਹੋਵੇ, ਹਿੰਸਾ ਹਿੰਸਾ ਹੀ ਹੁੰਦੀ ਹੈ, ਪਰ ਉਸ ਨਾਲ ਨਜਿੱਠਣ ਲਈ ਸਹੀ ਕਾਨੂੰਨ ਤਹਿਤ ਸਜ਼ਾ ਬਣਦੀ ਹੈ। ਅੰਗਰੇਜ਼ਾਂ ਵੇਲੇ ਵੀ ਤੁਸੀਂ ਵੇਖਿਆ ਹੋਊਗਾ ਜਿਨ੍ਹਾਂ ਨੇ ਉਦੋਂ ਹਿੰਸਕ ਵਾਰਦਾਤਾਂ ਕੀਤੀਆਂ, ਉਹਨਾਂ ਦੀ ਇੱਕ ਵਿਚਾਰਧਾਰਾ ਸੀ, ਪਰ ਉਹਨਾਂ ਨਾਲ ਉਹਨਾਂ ਨੂੰ ਵੀ ਕਾਨੂੰਨ ਦੇ ਤਹਿਤ ਹੀ ਉਹਨਾਂ ਨਾਲ ਨਜਿੱਠਿਆ ਗਿਆ। ਇਨਫੈਕਟ ਪਿਛਲੇ 15 20 ਸਾਲਾਂ ਦੇ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਆ, ਪੰਜਾਬ 'ਚ ਵੀ ਬੜੇ ਸਾਰੇ ਕਾਨੂੰਨ ਬਣੇ ਸੀ, ਟਾਡਾ, ਟੈਰਰਿਸਟ ਐਂਡ ਡਿਸਟਰਪਟਿਵ ਐਕਟੀਵਿਟੀਜ਼ ਐਕਟ ਇੱਕ ਕਾਨੂੰਨ ਬਣਿਆ, ਫਿਰ ਪੋਟਾ ਬਣਿਆ, ਪੋਟਾ ਸ਼ਾਇਦ ਹੈ ਪ੍ਰੀਵੈਂਸ਼ਨ ਆਫ ਟੈਰਰਿਸਟ ਐਂਡ ਡਿਸਟਰਪਟਿਵ ਪ੍ਰੀਵੈਂਸ਼ਨ ਆਫ ਟੈਰਰਿਸਟ ਐਕਟੀਵਿਟੀਜ਼ ਐਕਟ, ਇਹੋ ਜਿਹੇ ਕਈ ਕਾਨੂੰਨ ਬਣੇ, ਕਈ ਥਾਵਾਂ 'ਤੇ ਕਾਨੂੰਨ ਹਾਲੇ ਵੀ ਲਾਗੂ ਨੇ। ਕਸ਼ਮੀਰ ਦੇ ਵਿੱਚ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਉੱਥੇ ਲੱਗੀ ਹੋਈ ਆ। ਇਹ ਸਾਰੇ ਕਾਨੂੰਨ ਜਿਹੜੇ ਆ ਖਾਸ ਕਾਨੂੰਨ ਆ, IPC ਔਰ CRPC ਤੋਂ ਅੱਗੇ ਵੱਧ ਕੇ ਕਾਨੂੰਨ ਨੇ। ਸੋ ਸਵਾਲ ਇਹ ਉੱਠਦਾ ਹੈ ਕਿ ਜੇ ਖਾਸ ਕਾਨੂੰਨ ਬਣੇ ਨੇ, ਅਸੀਂ ਮਤਲਬ ਆਪਣੇ ਜਿਹੜੇ ਲਾਅਜ਼ ਆ ਉਹਨਾਂ ਤੋਂ ਅੱਗੇ ਵੱਧ ਕੇ ਕਾਨੂੰਨ ਖਾਸ ਬਣਾਉਣੇ ਆ, ਤਾਂ ਫਿਰ ਝੂਠੇ ਮੁਕਾਬਲੇ ਕਿਉਂ? ਮੇਰੇ ਖਿਆਲ ਇਸ ਉੱਪਰ ਇੱਕ ਨੈਸ਼ਨਲ ਲੈਵਲ 'ਤੇ ਇੱਕ ਵਿਚਾਰ ਚਰਚਾ ਹੋਣੀ ਚਾਹੀਦੀ ਆ। ਇਸ ਉੱਤੇ ਮੈਂ ਤੁਹਾਡੇ ਸਭ ਦੇ ਵਿਚਾਰ ਵੀ ਜਾਣਨਾ ਚਾਹੁੰਦਾ ਵਾਂ। ਇਹ ਮਸਲਾ ਮੈਂ ਇਸੇ ਕਰਕੇ ਲੈ ਰਿਹਾ ਵਾਂ ਕਿਉਂਕਿ ਇਹ ਮਸਲਾ ਕਈ ਥਾਵਾਂ 'ਤੇ ਉੱਠਦਾ ਰਿਹਾ, ਨੌਰਥ ਈਸਟ ਵੀ ਉੱਠਦਾ ਰਿਹਾ, ਇਸ ਵੇਲੇ ਜਿੱਥੇ ਨੈਕਸਟ ਲਾਈਟ ਮੂਵਮੈਂਟ ਹੈ ਉੱਥੇ ਵੀ ਮਸਲਾ ਉੱਠਦਾ ਵਾ, ਗੁਜਰਾਤ ਦੇ ਵਿੱਚ ਵੀ ਮਸਲਾ ਉੱਠਦਾ ਰਿਹਾ, ਪੰਜਾਬ ਕਸ਼ਮੀਰ ਦੇ ਵਿੱਚ ਵੀ, ਹੋਰ ਵੀ ਥਾਵਾਂ 'ਤੇ ਕਦੀ ਹੋਰ ਵੀ ਥਾਵਾਂ 'ਤੇ ਉੱਠ ਵੀ ਸਕਦਾ ਵਾ। ਸੋ ਇਹਦੇ 'ਤੇ ਇੱਕ ਨੈਸ਼ਨਲ ਲੈਵਲ ਡਿਬੇਟ ਦੀ ਡੈਫੀਨੇਟਲੀ ਲੋੜ
है। साढ़े नाल कुछ सज्जन इस वेले जुड़े आ और उन्हां दे वी विचार सुनते हैं। हैलो, हाँ जी, सत श्री अकाल संधू साहब। सत श्री अकाल जी। हाँ जी, कुलवंत सिंह बोलता जी, मैरीलैंड तो। हाँ जी कुलवंत सिंह जी। अच्छा, गल चल रही आ जी भाई, उस वेले पुलिस ने वधीकियां कीतियां जां अतवादियां वधीकियां कीतियां, इस विषय ते अज गल हो रही आ जी। मैं तुहानूं याद करा दिया कि कत्थू नंगल थाने अंदर पिंड आ राम दुआली, उथों का एक डी एस पी डेरा बाबा नानक लगा हुंदा सी ते उहदा भरा पुलिस विच ही हौलदार सी बलविंदर सिंह। अतवादियां नाल इन्हां दी टसल चलदी सी इस परिवार दी, ते इन्हां दा इक भरा अतवादियां अगवा करके मार दिता। जदों इन्हां दा भरा अतवादियां ने मार दिता ते नाल इन्हां को डिमांड हथियारां दी ते पैसिआं दी कीती, पर ਇਹ ਉਹ ਲੋੜ ਪੂਰੀ ਕਰਨ ਤੱਕ ਵੀ ਗਏ ਨੇ, ਪਰ ਉਹਨਾਂ ਉਜਰਾਂ ਨੂੰ ਮਾਰ ਛੱਡਿਆ ਹੀ ਛੱਡਣ ਦੀ ਬਜਾਏ ਜੀ। ਹੋਇਆ ਇਹ, ਇਹਨਾਂ ਦੇ ਨੇੜਲੇ ਪਿੰਡੀ ਇੱਕ ਕੱਥੂ ਨੰਗਲ ਥਾਣੇ ਵਿੱਚ ਹੀ ਪਿੰਡ ਜਿੱਥੇ ਨਾਨਕੇ ਸਨ, ਇਹਨਾਂ ਨੂੰ ਸ਼ੱਕ ਹੋਇਆ ਵੀ ਸਾਡੇ ਨਾਨਕੇ ਪਿੰਡ ਤੋਂ ਟੋਟੀ ਹੋਈ ਆ ਤੇ ਉਹਨਾਂ ਦੇ ਬੰਦਿਆਂ ਨੇ ਸਾਡਾ ਬੰਦਾ ਭਰਾ ਮਰਵਾਇਆ ਵਾ। ਉੱਥੋਂ ਦੇ ਇਹਨਾਂ ਨੇ 15 ਸਾਲ ਦੀ ਉਮਰ ਤੋਂ ਲੈ ਕੇ 74 ਸਾਲ ਦੀ ਉਮਰ ਤੱਕ ਦੇ 7 ਬੰਦੇ ਇੱਕ ਪਰਿਵਾਰ ਦੇ ਚੁੱਕੇ, ਉਹਨਾਂ ਨੂੰ ਅੱਡ ਅੱਡ ਥਾਣਿਆਂ ਵਿੱਚ ਰੱਖਿਆ ਗਿਆ, ਕਦੇ ਰਮਦਾਸ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਜੀ। ਮੈਂ ਇਸ ਕੇਸ ਦਾ ਵਾਕਫ ਆ। ਹਾਂਜੀ, ਜਦੋਂ ਰੱਖਿਆ ਗਿਆ ਅਖੀਰ ਉਹਨਾਂ ਨੂੰ ਫਰੀਦਕੋਟ, ਉੱਥੇ ਕੋਈ ਐਸ ਐਸ ਪੀ ਸੀ ਸਵਰਨ ਸਿੰਘ ਘੋਟਣਾ, ਉਹਦੇ ਹਵਾਲੇ ਕਰ ਦਿੱਤਾ, ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ। ਅਸੀਂ ਆਨੇ ਹਾਂ, ਤੁਸੀਂ ਬਿਲਕੁਲ ਵਿਸ਼ਾ ਸਹੀ ਸੋਇਆ ਭਾਈ, ਉਹਨਾਂ ਦਾ ਭਰਾ ਇੱਕ ਮਾਰਿਆ ਕਿਸੇ ਨਿੱਜੀ ਦੁਸ਼ਮਣੀ ਵਾਲੇ ਲਾਗੇ ਨਾਲ, ਜਾਂ ਕਿਉਂਕਿ ਇਹ ਵੀ ਪੁਲਿਸ ਵਿੱਚ ਸਨ, ਇਹਨਾਂ ਕੋਲ ਵੀ ਵਧੀਕੀਆਂ ਹੁੰਦੀਆਂ ਸਨ। ਕੀ ਇਹ ਜੈਨੂਅਨ ਆ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਕਾਨੂੰਨ ਦੇ ਰਾਜ ਵਿੱਚ? ਨਹੀਂ, ਕੁਲਵੰਤ ਸਿੰਘ ਜੀ, ਇੱਕ ਗੱਲ ਬੜੀ ਕਲੀਅਰ ਆ। ਕੁਲਵੰਤ ਸਿੰਘ ਜੀ, ਮੇਰੀ ਗੱਲ ਸੁਣੋ, ਇੱਕ ਗੱਲ ਬੜੀ ਕਲੀਅਰ ਆ ਕਿ ਇਹ ਕਾਨੂੰਨ ਦੇ ਵਿੱਚ ਇਸ ਦੀ ਇਜਾਜ਼ਤ ਨਹੀਂ, ਪਰ ਪੁਆਇੰਟ ਇਹ ਬਣਦਾ ਵੀ ਫਿਰ ਹੁਣ ਕੀ ਕਰਨ ਦੀ ਲੋੜ ਆ। ਮੈਂ ਅੱਜ ਇਸ ਕਰਕੇ ਵਿਸ਼ਾ ਦੁਬਾਰਾ ਵਿਚਾਰ ਰਿਹਾ ਵਾਂ ਵੀ ਇਹਦੇ 'ਤੇ ਕੀ ਕਰਨ ਦੀ ਲੋੜ ਹੈ, ਕਿਉਂਕਿ ਕੁਝ ਲੋਕ ਜਿਹੜੇ ਆ, ਜਿਵੇਂ ਹੁਣ ਵਨਜ਼ਾਰਾ ਨੂੰ ਜਦੋਂ ਬਾਹਰ ਨਿਕਲੇ ਉੱਥੇ ਢੋਲ ਵੱਜੇ, ਖੁਸ਼ੀਆਂ ਮਨਾਈਆਂ ਗਈਆਂ, ਬਿੱਟਾ ਨੇ ਉਹਨਾਂ ਨੂੰ ਕਿਹਾ ਵੀ ਇਹ ਵੇਖੋ ਜੀ ਇੱਕ ਗੁਜਰਾਤ ਦਾ ਸ਼ੇਰ ਬਾਹਰ ਨਿਕਲਿਆ ਵਾ, ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਸਭ ਦੇ ਵਿੱਚ ਕੀ ਕਰਨ ਦੀ ਲੋੜ ਹੈ? ਹਾਂਜੀ ਹਾਂਜੀ ਹਾਂਜੀ, ਦੇਖੋ ਇਹਦੇ ਵਿੱਚ ਅਸੀਂ ਸਾਫ ਤੌਰ 'ਤੇ ਇਸ ਗੱਲ ਦੇ ਹਮਾਇਤੀ ਹਾਂ ਭਾਈ, ਜੇ ਕਾਨੂੰਨ ਦੇ ਰਾਜ ਅਨੁਸਾਰ ਚੱਲੀਏ ਤੇ ਫੇਰ ਜਿੱਥੇ ਅੱਤਵਾਦੀ ਗਤੀਵਿਧੀਆਂ ਗਲਤ ਕਰਦੇ ਨੇ, ਲੋਕਾਂ ਦੇ ਪਰਿਵਾਰ ਮਾਰਦੇ, ਲੁੱਟਾਂ ਖੋਹਾਂ ਕਰਦੇ ਨੇ, ਪਰ ਪੁਲਿਸ ਨੂੰ ਇਹ ਅਧਿਕਾਰ ਬਿਲਕੁਲ ਨਹੀਂ ਮਿਲ ਜਾਂਦਾ ਇਸ ਗੱਲ ਨਾਲ ਭਾਈ, ਤੁਸੀਂ ਚੁੱਕੋ ਟੱਬਰ ਨੂੰ ਤੇ ਜਾ ਕੇ ਗੋਲੀ ਮਾਰ ਦਿਓ, ਉਹਦੇ ਲਈ ਕੋਰਟਾਂ ਨੇ, ਉਹਨਾਂ ਨੂੰ ਫੜੋ, ਉਹਨਾਂ ਤੇ ਕੇਸ ਪਾਓ, ਜੈਨੂਅਨ ਕੇਸ ਪਾਓ, ਨਾ ਕਿ ਸਿਰਫ ਸਟਾਰ ਲਾਉਣ ਲਈ। ਬਿਲਕੁਲ ਬਿਲਕੁਲ, ਮੈਂ ਵੀ ਇਹੋ ਹੀ ਕਹਿ ਰਿਹਾ ਵਾਂ, ਮੈਂ ਇਹੋ ਹੀ ਕਹਿ ਰਿਹਾ ਵਾਂ ਕਿ ਸਾਡੇ ਕੋਲ ਜੇ ਸਾਡੀ ਆਈ ਪੀ ਸੀ ਔਰ ਸੀ ਆਰ ਪੀ ਸੀ ਦੀਆਂ ਧਾਰਾਂ ਦੇ ਮੁਤਾਬਕ ਅਸੀਂ ਇਸ ਇਹਨਾਂ ਕੇਸਾਂ ਨਾਲ ਨਜਿੱਠਣ 'ਚ ਅਸਮਰਥ ਹਾਂ, ਅਤੇ ਅਸੀਂ ਸਪੈਸ਼ਲ ਕਾਨੂੰਨ ਬਣੇ ਹਾਂ, ਕਾਨੂੰਨ ਬਣਾਏ ਗਏ ਆ, ਉਹਨਾਂ ਦੀ ਵੀ ਆਲੋਚਨਾ ਹੋਈ ਆ, ਪਰ ਚਲੋ ਮੰਨ ਲਈਏ ਵੀ ਉਹ ਕਾਨੂੰਨ ਵੀ ਲੋੜ ਸੀ, ਕਿਉਂਕਿ ਨੋਰਮਲ ਕਾਨੂੰਨ ਦੇ ਤਹਿਤ ਇਹਨਾਂ ਲੋਕਾਂ ਦੇ ਨਾਲ ਨਹੀਂ ਨਜਿੱਠਿਆ ਜਾ ਸਕਦਾ ਸੀ। ਸੋ ਜੇ ਸਪੈਸ਼ਲ ਕਾਨੂੰਨ ਬਣੇ ਆ ਤਾਂ ਫਿਰ ਪੁਲਿਸ ਇਸ ਤਰ੍ਹਾਂ ਦੇ ਪੂਰੀ ਫਰਜ਼ੀ ਮੁਕਾਬਲੇ ਕਿਉਂ? ਕੁਲਵੰਤ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਹੈ ਕੱਥੂ ਨੰਗਲ ਵਾਲੇ ਪੁਰਾਣੇ ਕੇਸ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਵਾ, ਇਹਦੇ ਬਾਰੇ ਕਾਫੀ ਚਰਚਾ ਵੀ ਹੁੰਦੀ ਰਹੀ ਆ, ਇਹ ਹੁਣ ਪਤਾ ਨਹੀਂ ਵੀ ਉਹਦੀ ਫਾਈਨਲੀ ਉਸ ਇਨਕੁਆਇਰੀ ਦਾ ਕੀ ਬਣਿਆ ਸੀ। ਇੱਕ ਹੋਰ ਸਾਡੇ ਨਾਲ ਸ਼ੁਭਚਿੰਤਕ ਨੇ ਔਰ ਉਹਨਾਂ ਦੇ ਵਿਚਾਰ ਵੀ ਸਾਂਝੇ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਹਾਂਜੀ ਸੰਧੂ ਸਾਹਿਬ। ਹਾਂਜੀ ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਚਰਨ ਸਿੰਘ ਬੈਂਸ, ਲੋਸ ਏਂਜਲਸ ਤੋਂ। ਹਾਂਜੀ ਗੁਰਫਤਿਹ ਜੀ, ਬੈਂਸ ਸਾਹਿਬ। ਹਾਂਜੀ ਹਜ਼ੂਰ, ਇਹ ਬਹੁਤ ਹੀ ਚਰਚਾ ਦਾ ਵਿਸ਼ਾ ਹੈ ਅੱਜ ਦੇ ਸਮਾਜ ਦੇ ਵਿੱਚ। ਹਾਂਜੀ, ਜਿੱਥੇ ਕਿ ਆਪਾਂ ਅੱਤਵਾਦ ਤੇ ਹੋਰ ਨੈਕਸਲਾਈਟ ਦੀਆਂ ਗੱਲਬਾਤ ਚੱਲ ਰਹੀ ਹੈ, ਮੈਂ ਆਪ ਜੀ ਨੂੰ 60s ਦੇ ਕਰੀਬ ਲਿਜਾਣਾ ਚਾਹੁੰਦਾ ਹਾਂ। 60s ਦੇ ਵਿੱਚ ਆਪ ਜੀ ਨੂੰ ਯਾਦ ਹੈ ਕਿ ਜਿਹੜੀ ਇਹ ਨੈਕਸਲਾਈਟ ਮੂਵਮੈਂਟ ਚੱਲੀ ਸੀਗੀ ਜੀ, ਦੈਟ ਵਾਸ ਫਰੋਮ ਨੈਕਸਲਵਾੜੀ ਬੰਗਾਲ ਜੀ, ਤੇ ਉੱਥੇ ਬੰਗਾਲ ਤੋਂ ਸਾਡੇ ਪੁਰਾਣੇ ਐਕਸ ਡਿਫੈਂਸ ਮਿਨਿਸਟਰ ਕ੍ਰਿਸ਼ਨ ਮੈਨਨ ਜੀ ਵਿਨ ਕਰਕੇ ਆਏ ਸੀਗੇ ਮੈਂਬਰ ਪਾਰਲੀਮੈਂਟ ਜੀ, ਤੇ ਉਹਨਾਂ ਨੇ ਜੀ ਉਹਨਾਂ ਤੋਂ ਜਦੋਂ ਅਖਬਾਰਨਾਮਾ ਨਗਾਰਾ ਨੇ ਪੁੱਛਿਆ ਕਿ ਮਿਸਟਰ ਮੈਨਨ, ਨਾਓ ਯੂ ਵਿਨ ਦੀ ਇਲੈਕਸ਼ਨ, ਵਟ ਇਜ਼ ਯੋਰ ਓਪੀਨੀਅਨ ਅਬਾਊਟ ਦੀ ਨੈਕਸਲਾਈਟ ਜੀ? ਤੇ ਹਜ਼ੂਰ ਉਹਦਾ ਇੱਕੋ ਸੈਂਟੈਂਸ ਦੇ ਵਿੱਚ ਉਹਨੇ ਕਲੈਰਿਟੀ ਦੇ ਦਿੱਤੀ ਸੀ
ਜੋ ਅੱਜ ਦੀ ਸਾਡੇ ਇਸ ਹਿੰਦੁਸਤਾਨ ਦੀ ਸਾਰੀ ਹਕੂਮਤ ਨਹੀਂ ਸਮਝ ਪਾ ਰਹੀ ਜੀ, ਉਹਨਾਂ ਕਿਹਾ ਸੀ ਕਹਿੰਦਾ ਹੂ ਇਜ਼ ਨੈਕਸਟ ਲਾਈਟ, ਇਟ ਇਜ਼ ਦੀ ਇਕਨੋਮਿਕ ਰਿਜੈਂਟਮੈਂਟ ਆਫ ਦੀ ਯੰਗਰ ਜਨਰੇਸ਼ਨ ਜੀ, ਯੂ ਰਿਮੂਵ ਦੈਟ ਐਂਡ ਦੇਰ ਇਜ਼ ਨੋ ਨੈਕਸਟ ਲਾਈਟ ਜੀ। ਬਿਲਕੁਲ ਬੈਂਸ ਸਾਹਿਬ ਠੀਕ ਹੈ, ਤੁਹਾਡੀ ਬੈਂਸ ਸਾਹਿਬ ਇਸ ਵੇਲੇ ਕੀ ਉਮਰ ਹੈ, ਮਾਫ ਕਰਨਾ ਮੈਂ ਤੁਹਾਡਾ ਇੱਕ ਪਰਸਨਲ ਸਵਾਲ ਪੁੱਛ ਰਿਹਾ। ਮੈਂ ਜੀ 75 ਸਾਲ ਜੀ, 75। ਹਾਂ, ਕਿਉਂਕਿ ਇਸ ਟਾਈਮ ਨੂੰ ਤੁਸੀਂ ਬੜੀ ਵਿਵਿਡਲੀ ਰੀਕਾਲ ਕੀਤਾ, ਮੈਂ ਇਸ ਕਰਕੇ ਇਹ ਪੁੱਛ ਰਿਹਾ। ਬਿਲਕੁਲ ਠੀਕ ਆ ਕਿ ਇਹੋ ਜਿਹੀਆਂ ਮੂਵਮੈਂਟਸ ਜਦੋਂ ਤੁਰਦੀਆਂ ਵਾਂ ਉਦੋਂ ਕੋਈ ਨਾ ਕੋਈ ਇੱਕ ਉਹਦੇ ਪਿੱਛੇ ਕਾਰਨ ਹੁੰਦਾ। ਜੇ ਤੁਸੀਂ ਉਹਨਾਂ ਨੂੰ ਇੱਕ ਪੁਲਿਸ ਢੰਗ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕਰੋ ਔਰ ਉਹ ਜਿਹੜਾ ਬੇਸਿਕ ਕੌਜ਼ ਆ, ਜਿਹੜਾ ਕਾਰਨ ਆ, ਉਹਨੂੰ ਤੁਸੀਂ ਉਹਦੇ ਨਾਲ ਨਾ ਨਜਿੱਠੋ, ਅਤੇ ਇਹ ਫਿਰ ਜਿਹੜੀਆਂ ਮੂਵਮੈਂਟਸ ਆ ਇਹ ਹੋਰ ਵਾਇਲੈਂਟ ਹੁੰਦੀਆਂ ਤੁਰੀਆਂ ਜਾਂਦੀਆਂ। ਨਕਸਲਵਾੜੀ ਮੂਵਮੈਂਟ ਵੀ ਜਿਹੜੀ ਸੀ ਕ੍ਰਿਸ਼ਨਾ ਮੈਨਨ ਨੇ, ਠੀਕ ਹੈ ਜੋ ਉਹਨਾਂ ਨੇ ਕਿਹਾ, ਪਰ ਉਸ ਤੋਂ ਬਾਅਦ ਜੋ ਹੋਇਆ ਉਹ ਆਪਾਂ ਨੂੰ ਪਤਾ ਹੀ ਆ। ਇਨਫੈਕਟ ਉਹਦਾ ਸੇਖ ਕੁਝ ਪੰਜਾਬ 'ਚ ਹੀ ਲੱਗਾ ਔਰ ਪੰਜਾਬ ਦੇ ਵਿੱਚ ਵੀ ਇਨਫੈਕਟ ਉਦੋਂ ਕਾਫੀ ਪੁਲਿਸ ਮੁਕਾਬਲੇ ਹੋਏ, ਕੁਝ ਸੱਚੇ ਸੀ ਅਤੇ ਕਾਫੀ ਝੂਠੇ ਵੀ ਸੀ। ਇਨਫੈਕਟ ਉਹਨਾਂ ਪੁਲਿਸ ਮੁਕਾਬਲਿਆਂ ਦਾ ਵੀ ਅੱਜ ਤੱਕ ਕਦੀ ਕਿਸੇ ਨੇ ਜ਼ਿਕਰ ਬਹੁਤਾ ਨਹੀਂ ਹੋਇਆ, ਕਦੀ ਕਿਸੇ ਨੇ ਉਹਦੀ ਤਹਿਕੀਕਾਤ ਨਹੀਂ ਕੀਤੀ। ਇਹ ਵੀ ਅਫਸੋਸ ਦੀ ਗੱਲ ਹੈ, ਸ਼ਾਇਦ ਉੱਥੋਂ ਹੀ ਇਹ ਕੰਮ ਸਾਰਾ ਸ਼ੁਰੂ ਹੋਇਆ ਸੀ। ਔਰ ਉਹ ਜੀ ਇਕਨੋਮਿਕ ਪ੍ਰੋਬਲਮ ਜਿਹੜੀ ਆ, ਜੇ ਇਸ ਵੇਲੇ ਹੁਣ ਜਿਹੜੀ ਮੌਇਸ ਮੂਵਮੈਂਟ ਜਿਹੜੀ ਆ ਸਾਡੀਆਂ ਕੁਝ ਸਟੇਟਸ ਦੇ ਵਿੱਚ ਚੱਲ ਰਹੀ ਆ, ਜਿਹੜੀਆਂ ਸੈਂਟਰਲ ਸਟੇਟਸ ਹੈ, UP, ਬਿਹਾਰ, ਵੈਸਟ ਬੰਗਾਲ ਦੇ ਕੁਝ ਏਰੀਆਜ਼ ਆ, ਉਹਦਾ ਵੀ ਉੜੀਸਾ ਦੇ, ਉਹਦਾ ਵੀ ਸ਼ਾਇਦ ਇਹੋ ਜਿਹਾ ਕਾਰਨ ਹੋ ਸਕਦਾ ਵਾ। ਹੁਣ ਸਰਕਾਰ ਦੇ ਵਿੱਚ ਇੱਕ ਫੀਲਿੰਗ ਜ਼ਰੂਰ ਹੈ ਕਿ ਉੱਥੇ ਜਿਹੜੇ ਇਕਨੋਮਿਕ ਆਰਥਿਕ ਰੀਜ਼ਨ ਆ ਉਹਨਾਂ ਨਾਲ ਡੀਲ ਕੀਤਾ ਜਾਵੇ, ਪਰ ਫਿਰ ਵੀ ਜਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਡੀਲ ਕਰਨਾ ਚਾਹੀਦਾ, ਅਸੀਂ ਫਿਰ ਵੀ ਜ਼ਿਆਦਾ ਪੁਲਿਸ ਦੇ ਉੱਤੇ ਡਿਪੈਂਡ ਕਰਨ ਲੱਗ ਪੈਂਦੇ ਹਾਂ ਵੀ ਪੁਲਿਸ ਜਾਂ ਆਰਮੀ ਹੀ ਇਹਨਾਂ ਚੀਜ਼ਾਂ ਨਾਲ ਡੀਲ ਕਰੇ। ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ, ਅਤੇ ਖਾਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਬੜਾ ਪੁਰਾਣਾ ਹਿਸਟਰੀ ਲੈ ਕੇ ਆਏ ਜਿਹਦੇ ਬਾਰੇ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਬਹੁਤਾ ਪਤਾ ਨਹੀਂ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਜਿਹੜੀ ਅੱਜ ਗੱਲ ਕਰ ਰਹੇ ਹਾਂ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਬਾਰੇ ਕੀ ਕਰਨਾ ਚਾਹੀਦਾ, ਇਹ ਵਿਚਾਰ ਚਰਚਾ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਔਰ ਇਸ ਵਾਸਤੇ ਕਾਨੂੰਨ ਤਹਿਤ ਕੀ ਕਰਨ ਦੀ ਲੋੜ ਆ। ਸਾਡੇ ਨਾਲ ਦੋ ਦਰਸ਼ਕ ਇਸ ਵੇਲੇ ਜੁੜੇ ਆ ਔਰ ਉਹਨਾਂ ਦੇ ਆਪਾਂ ਜਿਹੜੇ ਪ੍ਰਸਤਾਵ ਆ, ਵਿਚਾਰ ਆ, ਉਹ ਸਾਂਝੇ ਕਰਦੇ ਹਾਂ। ਹੈਲੋ, ਹਾਂਜੀ, ਮੈਂ ਮਾਸਟਰ ਮਹਿੰਦਰ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਮਾਸਟਰ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ ਜੀ, ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਵੀ ਪੁਲਿਸ ਦੀਆਂ ਜਾਤੀਆਂ ਜਾਂ ਸਹੀ ਢੰਗ ਨਾਲ ਕੰਮ ਨਹੀਂ ਚੱਲ ਰਿਹਾ ਜੀ, ਵੀ ਪੂਰੇ ਇੰਡੀਆ ਦੇ ਲੋਕਾਂ ਦੀ ਸਾਈਕੀ ਹਾਲੇ ਬਦਲੀ ਨਹੀਂ ਜੀ। ਇਹ ਸਾਰੇ ਲੋਕ ਜਿਹੜੇ ਨੇ, ਜਿਹੜਾ ਵੀ ਕੋਈ IPS ਇੱਕ ਬੜਾ ਵੱਡਾ ਰੈਂਕ ਏ ਔਰ ਕਾਫੀ ਕੁਆਲੀਫਾਈਡ ਬੰਦੇ ਜਿਹੜੇ ਨੇ ਇਹਦੇ ਚਾਹੁੰਦੇ ਨੇ ਜੀ, ਲੇਕਿਨ ਜਦੋਂ SP ਬਣ ਜਾਂਦੇ ਨੇ ਤੇ ਫਿਰ ਉਹ ਸਮਝਦੇ ਨੇ ਮੈਂ ਇਸ ਇਲਾਕੇ ਦਾ ਰਾਜਾ ਵਾਂ, ਕੋਈ ਉਹਨਾਂ 'ਚ ਲੋਕਾਂ ਦੀ ਸੇਵਾ ਦੀ ਭਾਵਨਾ ਵਾਲੀ ਗੱਲ ਨਹੀਂ ਹੈ ਜੀ। ਤੇ ਜੋ ਹਿੰਦੁਸਤਾਨ ਦਾ ਰਾਜਸੀ ਢਾਂਚਾ ਹੈ ਜੀ, ਜਿਹਦੇ ਵਿੱਚ ਪਾਰਟੀਆਂ ਦੇ ਪ੍ਰਧਾਨ ਜਿਹੜੇ ਨੇ ਉਹ ਤੇ ਕਿਸੇ ਅਕਾਲੀ ਉਹ ਆਪਣੇ ਮਿਨਿਸਟਰ ਨੂੰ ਆਪਣੇ ਵੱਡੇ ਤੋਂ ਵੱਡੇ ਵਰਕਰ ਨੂੰ ਆਪਣੇ ਸਾਹਮਣੇ ਬੈਠਣ ਵੀ ਨਹੀਂ ਦਿੰਦੇ ਜੀ, ਤੇ ਉਹਨਾਂ ਕੋਲੋਂ ਚੰਗੇ ਕੰਮ ਦੀ ਆਸ ਕਿੱਦਾਂ ਹੋ ਸਕਦੀ ਹੈ? ਇਸ ਰਾਜਸੀ ਢਾਂਚੇ ਨੂੰ ਦੇਖਦੇ ਹੋਇਆ ਪੁਲਿਸ ਅਫਸਰ ਵੀ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਉਹ ਕਹਿੰਦੇ ਨੇ ਉਸ ਤਰ੍ਹਾਂ ਹੀ ਕਰੀ ਜਾਂਦੇ ਨੇ। ਜਿਹੜੀ ਮਾਨਸਿਕਤਾ ਹੈ ਲੋਕਾਂ ਦੀ ਆਪਣੀ ਜਾਂ ਅਫਸਰਾਂ ਦੀ, ਉਹ ਬਿਲਕੁਲ ਮਰ ਗਈ ਹੈ। ਉਹ ਕਾਨੂੰਨ ਦੇ ਜਾਣੂ ਨੇ, ਉਹ ਚੰਗੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਸਾਰਿਆਂ ਦਾ ਪਤਾ ਵੀ ਡਿਊ ਪ੍ਰੋਸੈਸ ਦਾ ਮਤਲਬ ਕੀ ਹੈ ਜੀ। ਲੇਕਿਨ ਡਿਊ ਪ੍ਰੋਸੈਸ ਵਾਲਾ ਜਿਹੜਾ ਕੋਈ ਕਰਨਾ ਚਾਹੇਗਾ ਉਹਨੂੰ ਤੇ ਗੁੱਠੇ ਲਾ ਦੇਣਗੇ, ਤੇ ਜਿਹੜੇ ਲੋਕ ਜਿਹੜੇ ਨੇ ਇਹਨਾਂ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਚੱਲਦੇ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਵਾਲੀ ਥਾਂ ਤੇ ਲਾ ਕੇ ਜਾਣ ਬੁੱਝ ਕੇ ਉਹ ਲੋਕ ਉਹਨਾਂ ਕੋਲੋਂ ਗਲਤ ਕੰਮ ਜਿਹੜੇ ਨੇ ਕਰਾਉਂਦੇ ਨੇ। ਬਿਲਕੁਲ ਮਹਿੰਦਰ ਸਿੰਘ ਜੀ, ਤੁਸੀਂ ਠੀਕ ਕਿਹਾ ਕਿ ਸਾਨੂੰ ਮਾਨਸਿਕ ਜਿਹੜੀ ਸੋਚ ਹੈ ਨਾ ਉਹਦੇ 'ਚ ਚੇਂਜ ਦੀ ਲੋੜ ਆ, ਉਹਦੇ 'ਚ ਜ਼ਿਆਦਾ ਅਵੇਅਰਨੈਸ ਲਿਆ ਕੇ ਬਦਲਾਵ ਦੀ ਲੋੜ ਆ। ਪੁਲਿਸ ਜਦੋਂ ਇੱਕ ਵਾਰੀ ਸੀਨੀਅਰ ਅਫਸਰ ਬਣ ਜਾਂਦੇ ਆ ਫਿਰ ਉਹ ਸੋਚਦੇ ਆ ਵੀ ਹੁਣ ਸਾਡੀ ਅਗਲੀ ਪ੍ਰਮੋਸ਼ਨ, ਔਰ ਇਸ ਵੇਲੇ ਕਿਹੜਾ ਸਿਸਟਮ ਆ ਜਿਹਨੂੰ ਐਕਸੈਪਟ ਕੀਤਾ ਜਾ ਰਿਹਾ ਔਰ ਸਾਡੇ ਤੋਂ ਐਕਸਪੈਕਟੇਸ਼ਨ ਕੀ ਹੈ? ਐਕਸਪੈਕਟੇਸ਼ਨ ਹੋਣੀ ਚਾਹੀਦੀ ਆ ਵੀ ਲਾਅ ਕੀ ਆਉਂਦਾ ਵਾ, ਲਾਅ ਦੇ ਮੁਤਾਬਿਕ ਚੱਲਣ ਦੀ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਹੁੰਦੀ ਇਹ ਵਾ ਵੀ ਸਾਡੇ ਜਿਹੜੇ ਸਿਆਸੀ ਲੀਡਰ ਆ ਜਾਂ ਸਾਡੀ ਤਰੱਕੀ ਵਾਸਤੇ ਜਾਂ ਸਾਡੀ ਬਿਹਤਰੀ ਵਾਸਤੇ ਕਾਹਦੇ ਨਾਲ ਸਾਡੀ ਤਰੱਕੀ ਹੋ ਸਕਦੀ ਹੈ, ਕੀ ਸਾਨੂੰ ਕਰਨ ਦੀ ਲੋੜ ਹੈ? ਮੇਰੇ ਖਿਆਲ ਇਹਦੇ 'ਚ ਟ੍ਰੇਨਿੰਗ ਦਾ ਬਹੁਤ ਵੱਡਾ ਹਿੱਸਾ ਵਾ। ਟ੍ਰੇਨਿੰਗ ਦੇ ਵਿੱਚ ਇੱਕ ਤਾਂ ਸਾਨੂੰ
बहुत चंगे अफसर लाने चाहिए और वह जे अफसर जिन्होंने लॉ की पूरी सिर्फ जानकारी नहीं लॉ की इज्जत भी है रिस्पैक्ट भी है। दूसरा मेरे ख्याल सानू लोड़ आ कि अपने पुलिस के जिहड़े अधिकारी आ वेरियस लैवल्स तो मेरे ख्याल है एस एच ओ लैवल तो लैके तो उपर एस एस पी और सीनियर अफसर जिहड़े आ उन्होंने बाहरले मुल्कां दे विच भी या भेजा जाए या बाहरले मुल्कां दे अफसरां नूं इत्थे बुलाया जाए और उत्थों दे केस स्टडीज़ उन्होंने दिखाई जान भी उत्थे उन्होंने इहो जिहे केस ने इहो जिहे खतरनाक केसिस जिहड़े आफ्टरऑल जे कोई अतवाद का केस है तो वह खतरनाक हुंदा किसी बंदे ने दो या किसी ने पांच या दस या पंद्रह बंदे भी मारे हुंदे आ भी उन्हां नाल उन्होंने किवें नजिठिया उत्थे इहो जिहे मेरे ख्याल केस स्टडीज़ उन्होंने पढ़ाने की लोड़ आ और दसण की लोड़ आ भी किवें इस सिस्टम के बेहतरी ला सकते पर ये नाल सिर्फ एक होर चीज़ भी जी जरूरी करनी बन जाती है भी साड़ी जी जस्टिस सिस्टम है जिहड़ा कचहरियां का सिस्टम है उहदे विच थोड़ी जी तेज़ी लियांदी जाए। मैनूं याद है जदों पंजाब दे विच इहो जिहा काम होण लगा तो उदों आम तौर पर पुलिस ही आउंदी सी जी वेखो इहनां दा कचहरियां दे विच ते इहनां दे खिलाफ़ कोई गवाही नहीं दिंदा कचहरी दे जज भी डरदे आ और इह वैसे काफ़ी हद तक अफवाह सी वैसे और इहनां इहनां दी कन्विक्शन ते होणी नहीं गी सज़ा इहनां नूं होणी नहीं गी सो असीं की करिए। सो मेरे ख्याल उत्थे भी एक तेज़ी लाउण दी लोड़ है और हर केस की प्रॉपर मोनिटरिंग होनी चाहिए है और उहनां ते एक टाइम की पाबंदी होनी चाहिए है भी एक केस जिहड़ा वा जे अज 2011 वा तो 2013 तक या 12 तक पहले लैवल तक डील हो जाए दूजे लैवल तो होर 6 महीनों के फाइनली केस जिहड़ा वा साल डेढ़ साल दो साल के पूरा केस हो जाना चाहिए। हाली इत्थे उन्हां जिहड़े पंजाब दे विच जिहड़ा वह काला दौर सीगा उहदे केस हाली भी चल रहे हैं तुसीं हिसाब ला लो भी 10 तो 15 कई शायद केसिस 20-22 साल के बाद भी उन्होंने केसिस जिहड़े कोर्ट्स के आ रहे हैं हुण कन्विक्शनस हो रही वा। मास्टर महिंदर सिंह जी बहुत बहुत धन्नवाद तुसीं अपने विचार साडे नाल सांझे कीते। एक होर सज्जन ने उन्होंने विचार सुनते हैं। हैलो हाँ जी सत श्री अकाल संधू साहब। सत श्री अकाल जी। जसबीर सिंह बोल रहे हैं जी न्यूयॉर्क तो। हाँ जी जसबीर सिंह जी दसो तुसीं की दृष्टिकोण रखना चाहते। असीं कहना चाहते हैं जी पंजाब ने जिहड़ा ये फेक एनकाउंटर का बड़ा वड्डा संताप भोग गया पिछले समयां विच जी ते कानूनी तौर ते इस सिस्टम ने जिहड़ा लोकां नूं कोई न्याय देण वर्गी गल नहीं कीती हाले तक ते ना कोई आस है जी इहदी। देखो आस तो नहीं छड़नी चाहिए क्योंकि असी इंडिया दे विच एक लोकतंत्र का सिस्टम आ जे असी अपने आले दुआले झाती मारीए भावें वह पाकिस्तान है भावें बंगलादेश है श्रीलंका वा उस हिसाब के नाल साडा जिहड़ा लोकतंत्र आ उस हिसाब के नाल चंगा भी चलता रहा वा पर इहदे च काफ़ी सुधार करन दी लोड़ आ। मेरे ख्याल सानू कानून के तहत चलन की लोड़ है जे कानून दे विच शोध करनी पवे तो वह भी सानू करनी चाहिए और शायद दूजे मुल्कां तो जरूर सीखना चाहिए वा। हुण मैं वेख रहा सीगा भी आ सुरेश भाई पटेल दे उत्ते एक हमला होया साडे गुजराती सज्जन ने जिन्हां ते 57-58 साल की उम्र सी एक पुलिस वाले ने ज्यादती की और वह एकदम उस केस जदों ये मीडिया च आया तो वह जिहड़ा बंदा वा उन्हें डिसमिस करता गया और केस दो लैवल पर हाली वो इनकुआरी चल रही है। इनफैक्ट मैं अज ही पढ़ रहा सीगा कि एक होर सज्जन आ कोई अपने पंजाबी मैनू संदीप सिंह शायद उन्होंने नाँ सीगा उन्होंने एक उत्थों दे सज्जन ने ट्रक थले दे के मारन की कोशिश की सी उहदी भी मैं सुनिया वा भी एक क्वीनस कोर्ट के न्यूयॉर्क के नाल क्वीनस के कोर्ट के उस सज्जन की जिन्हें उन्होंने ट्रक थले मारन की कोशिश की सी उहदी इंडाइटमेंट हो गई है। जे इंडाइटमेंट का मतलब है तो हुण केस चलना जे उहदी कन्विक्शन हो गई सज़ा उन्होंने हो गई तो हो सकता उन्होंने 25 साल भी अंदर रहना पवे। सो उत्थे सिस्टम जिहड़ा वा वह हर केस नूं उहदी पूरी तहकीकात करदे आ। इह नहीं भी वह केस हुण खबरां च आ सुरखियां च आ ते केस बारे परवाह करिए बाकी जदों बाद सुरखियां तो बाहर हो जाए तो उहनूं फिर उहनी कवर अप कर दिए। सो इस करके सानूं बाहरले मुल्कां तों काफ़ी कुछ सीखण दी लोड़ आ और पुलिस दे उत्ते मैनूं मैं अगे वी एक दिन जिक्र कीता सीगा मैनूं एक वारी मौका मिलिया एक कॉन्फ्रेंस दे विच जिथे लॉस एंजलिस दे जिहड़े शेरिफ सी वो उस कॉन्फ्रेंस दे विच हिस्सा लै रहे सी और वो दस रहे सीगे मैं उन्होंने पूछा मैं क्या भी तुहाडे उत्ते पुलिस दे उत्ते निगरानी कौन करता वो आंदे एक लोगों की कमेटी है जिहड़ी निगरानी करती है पुलिस दे उत्ते पुलिस अफसर निगरानी नहीं करते लोगों की कमेटी आ जिहदे च रिटायर्ड जज या कोई वकील या जिहड़े समाज सेवक आ वह जिहड़े आ वह निगरानी करते इहदा मतलब है भी हर पुलिस का जिहड़ा केस आ वह स्क्रूटनी हेठ आउंदा लोगों की स्क्रूटनी हेठ यह नहीं भी वह अपने अफसर जिहड़े उन्होंने बचा कर लैण। सो इन्हां मुल्कां तों सानूं काफ़ी कुछ सीखण दी लोड़ आ। मेरा ख्याल अंग्रेज़ां वेले आपां अंग्रेज़ां नूं भणदे रहिंदे आ माड़े काम भी उन्होंने जरूर किए साडे लोकां ते तशद्दुद भी उन्होंने बहुत किया पर उन्हां दी कानून वास्ते जिहड़ी इज्जत सी उसतों सानूं काफ़ी सीख लैनी चाहिए है। बहुत बहुत धन्यवाद जसबीर जी। एक होर सज्जन ने साडे नाल उन्हां दे विचार सांझे करदे हैं। हैलो
ਹੈਲੋ ਹਾਂਜੀ 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 ਸਰ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਮਿਸ਼ੀਗਨ ਤੋਂ ਬੋਲਦਾ ਜੀ ਹਾਂਜੀ ਹਰਪ੍ਰੀਤ ਸਿੰਘ ਜੀ ਦੱਸੋ ਤੁਸੀਂ ਕਾਹਦੇ ਬਾਰੇ ਆਪਣੇ ਵਿਚਾਰ ਰੱਖਣੇ ਚਾਹੁੰਦੇ ਜਿਹੜੇ ਅੱਜ ਵਿਚਾਰ ਚੱਲ ਰਹੇ ਆ ਇਹ ਵਿਚਾਰ ਮੈਂ ਵੀ ਇਹੀ ਜੇ ਮੈਂ ਗਲਤ ਨਾ ਹੋਵਾਂ ਜਿਹੜੇ ਅੱਜ ਕੱਲ੍ਹ ਦੇ ਪੰਜਾਬ ਪੁਲਿਸ ਵਾਲੇ ਪਿਛਲੇ 84 ਦੇ ਵਿੱਚ ਇਨਕਾਊਂਟਰ ਕਰਦੇ ਸੀ ਇਹ ਵਿਚਾਰ ਚੱਲ ਰਹੇ ਮੈਂ ਆਈ ਥਿੰਕ ਸੋ ਰਾਈਟ ਜੀ ਅਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਜ਼ਿਆਦਾ ਸੀ 86, 87, 88 'ਚ ਮੈਂ YPS ਦਾ ਪੜ੍ਹਿਆ ਹੋਇਆ ਮੋਹਾਲੀ ਦਾ ਅਤੇ ਗੌਰਮੈਂਟ ਕਾਲਜ 11 ਸੈਕਟਰ ਚੰਡੀਗੜ੍ਹ ਪੜ੍ਹਦਾ ਹੁੰਦਾ ਸੀਗਾ ਅੱਛਾ ਜੀ ਅਤੇ ਉੱਥੋਂ BA ਕੀਤੀ ਆ ਮੈਂ 89 ਦੇ ਵਿੱਚ ਅਤੇ ਪਰ ਮੈਨੂੰ ਇਹ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਉਦੋਂ ਜਿਹੜਾ ਮੁੰਡਾ ਮੋਟਰਸਾਈਕਲ ਦੇ ਪੀਲਾ ਪਰਨਾ ਬੰਨ ਕੇ ਚੱਲ ਜਾਂਦਾ ਸੀ ਉਹਦੇ ਮਗਰ ਪੁਲਿਸ ਕਿਵੇਂ ਪੈ ਜਾਂਦੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਉਹ ਇਸ ਤਰ੍ਹਾਂ ਸੀਗਾ ਜੀ ਜਿਹੜਾ ਪੀਲਾ ਰੰਗ ਸੀਗਾ ਨਾ ਕੇਸਰੀ ਦਸਤਾਰ ਸੀ ਜਿਹੜੀ ਉਹ ਆਈਡੈਂਟੀਫਾਈ ਹੋ ਗਈ ਉਸ ਜਿਸ ਵੇਲੇ ਉਸ ਵੇਲੇ ਜਿਹੜੀ ਲਹਿਰ ਚੱਲ ਰਹੀ ਸੀ ਉਹਦੇ ਨਾਲ ਉੱਥੇ ਮੈਂ ਇੱਕ ਬਹੁਤ ਇੰਟਰਸਟਿੰਗ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਫੌਜ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਈ ਫੌਜ ਦੇ ਵਿੱਚ ਸਿੱਖ ਰੈਜੀਮੈਂਟਸ ਆ ਉੱਥੇ ਇੱਕ ਰੈਜੀਮੈਂਟ ਦੇ ਵਿੱਚ ਜਿੱਥੇ ਕਰੀਬ ਵਾਵਾ 200-300 ਸਿੱਖ ਸੋਲਜਰ ਸੀਗੇ ਜਵਾਨ ਸੀਗੇ ਉਹਨਾਂ ਨੇ ਉਹ ਰੋਸ ਵਜੋਂ ਜਾਂ ਵੈਸੇ ਹੀ ਉਦੋਂ ਇੱਕ ਸਟਾਈਲ ਜਿਹਾ ਚੱਲਿਆ ਉਹਨਾਂ ਨੇ ਉਦੋਂ ਕੇਸਰੀ ਦਸਤਾਰ ਬੰਨ੍ਹਣੀ ਸ਼ੁਰੂ ਕਰਤੀ ਅਤੇ ਉਹ ਜਿਹੜਾ CO ਸੀਗਾ ਉਹ ਬੜਾ ਘਬਰਾਇਆ ਉਹਨੇ ਕਿ ਸਾਰਿਆਂ ਨੂੰ ਹੁਕਮ ਦੇ ਦਿੱਤਾ ਵੀ ਤੁਸੀਂ ਹੁਣ ਤੋਂ ਬਾਅਦ ਕੇਸਰੀ ਰੰਗ ਨਹੀਂ ਬੰਨਣਾ ਔਰ ਨਾਲ ਦੀ ਇੱਕ ਯੂਨਿਟ ਸੀ ਉੱਥੇ ਵੀ 5-7 ਸੀਗੇ ਉਹ CO ਜਿਹੜਾ ਸੀਗਾ ਉਹਨੇ ਦੂਸਰੀ ਯੂਨਿਟ ਦੇ CO ਨੂੰ ਕਹਿਣ ਲੱਗਾ ਵੀ ਮੇਰੇ ਜੇ ਬੰਦੇ ਤੇਰੇ ਯੂਨਿਟ 'ਚ ਆਉਂਦੇ ਆ ਨਾ ਤਾਂ ਉਹਨਾਂ ਨੂੰ ਵੜਨ ਨਾ ਦਿਓ ਜੇ ਉਹਨਾਂ ਨੇ ਕੇਸਰੀ ਦਸਤਾਰ ਬੰਨ੍ਹੀ ਆ ਸੋ ਦੂਜੇ CO ਨੇ ਉਹਨਾਂ ਨੂੰ ਬੜਾ ਸਮਝਾਇਆ ਵੀ ਰੰਗਾਂ 'ਤੇ ਨਹੀਂ ਜਾਈਦਾ ਹੁੰਦਾ ਜੇ ਤੂੰ ਇਹਨੂੰ ਇਸ ਮਸਲੇ ਨੂੰ ਇੰਨੀ ਗੰਭੀਰਤਾ ਨਾਲ ਲੈ ਲਿਆ ਨਾ ਤਾਂ ਹੋ ਸਕਦਾ ਵਾ ਇਹਨੂੰ ਤੁਸੀਂ ਇਹਨੂੰ ਚੈੱਕ ਹੀ ਨਾ ਕਰ ਸਕੋ ਆਫਟਰ ਆਲ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਕਹੋਗੇ ਵੀ ਇਸ ਰੰਗ ਦੀ ਤੂੰ ਖੱਟੀ ਪੱਗ ਨਹੀਂ ਬੰਨਣੀ ਸੋ ਇਸ ਕਰਕੇ ਇਹ ਚੀਜ਼ ਬੈਸਟ ਇਹ ਹੋਈ ਆ ਵੀ ਇਹਨੂੰ ਰਹਿਣ ਦਿਓ ਆਪੇ ਹੀ ਹਫ਼ਤੇ 10 ਦਿਨ ਬਾਅਦ ਜਦੋਂ ਉਹਨਾਂ ਨੂੰ ਜਦੋਂ ਇੱਕ ਅੱਧੀ ਜਾਂ 2 ਪੱਗਾਂ ਹੁੰਦੀਆਂ ਵਾ ਜਦੋਂ ਪੱਗਾਂ ਉਹਨਾਂ ਦੀਆਂ ਮੈਲੀਆਂ ਹੋ ਗਈਆਂ ਤਾਂ ਸ਼ਾਇਦ ਬੰਨਣ ਨੂੰ ਹਟ ਜਾਣਗੇ ਉਹ ਸੋ ਮੇਰਾ ਮਤਲਬ ਕਹਿਣ ਦਾ ਵਾ ਵੀ ਅਸੀਂ ਕਈ ਵਾਰ ਓਵਰ ਰਿਐਕਟ ਕਰਦੇ ਹਾਂ ਕਿਸੇ ਚੀਜ਼ 'ਤੇ ਇਹ ਬਿਲਕੁਲ ਠੀਕ ਆ ਵੀ ਰੰਗਾਂ 'ਤੇ ਨਹੀਂ ਜਾਣਾ ਚਾਹੀਦਾ ਮੇਰੇ ਖਿਆਲ ਰੰਗ ਜਿਹੜੇ ਆ ਉਹ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੁੰਦੀ ਕਿਸੇ ਦੀ ਉਹਨਾਂ 'ਤੇ ਕਿਸੇ ਦਾ ਹੱਕ ਨਹੀਂ ਹੁੰਦਾ ਇਹ ਤਾਂ ਕੁਦਰਤ ਨੇ ਬਣਾਏ ਆ ਰੰਗ ਸੋ ਜਿਹੜੇ ਰੰਗ ਆ ਉਹ ਤਾਂ ਜਦੋਂ ਰੇਨਬੋ ਆਉਂਦਾ ਜਦੋਂ ਬਾਰਿਸ਼ ਤੋਂ ਬਾਅਦ ਵੇਖੋ ਇਹ ਕੁਦਰਤ ਦੇ ਰੰਗ ਰੰਗ ਜਿਹੜੇ ਆ ਅਸੀਂ ਆਪ ਨਹੀਂ ਇਹਨਾਂ 'ਤੇ ਸਾਡਾ ਕਿਸੇ ਦਾ ਇਖਤਿਆਰ ਨਹੀਂ ਹੁੰਦਾ ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਇੱਕ ਹੋਰ ਸੱਜਣ ਨੇ ਔਰ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਹਰਦੇਵ ਸਮਰਾ ਬੋਲਦਾ ਟੋਰਾਂਟੋ ਤੋਂ ਜੀ ਹਾਂਜੀ ਹਾਂਜੀ ਹਰਦੇਵ ਜੀ ਦੱਸੋ ਕੀ ਵਿਚਾਰ ਰੱਖਣੇ ਚਾਹੁੰਦੇ ਹਾਂਜੀ ਇਹ ਆ ਜੀ ਜਿਹੜੀ ਹੈ ਨਾ ਪੁਲਿਸ ਆ ਉਹਨੂੰ ਇੱਥੇ ਆਜ਼ਾਦੀ ਆ ਜੀ ਉਹ ਕਿਸੇ ਦੇ ਅੰਡਰ ਨਹੀਂ ਹੈ ਨਾ ਉਹਨੂੰ ਕੋਈ MP ਫੋਨ ਕਰ ਸਕਦਾ ਨਾ MPP ਕੋਈ ਕਰ ਸਕਦਾ ਨੰਬਰ 2 ਤੇ ਹਰੇਕ ਅਫਸਰ ਵੀ ਡਰਦਾ ਵੀ ਮੇਰੀ ਕੋਈ ਦੂਜਾ ਅਫਸਰ ਜਾ ਕੇ ਸ਼ਿਕਾਇਤ ਨਾ ਕਰ ਦੇਵੇ ਉਹਨਾਂ ਦੀ ਡਿਊਟੀ ਆ 8 ਜਾਂ 12 ਘੰਟੇ ਦੀ ਜੀ ਜੀ ਉਦੋਂ ਬਾਅਦ ਉਹਨਾਂ ਦੀ ਗੁੱਡ ਜਿੱਦਾਂ ਬੀਜੇ ਜੇ ਆ ਕੋਈ ਕਰਪਸ਼ਨ ਨਹੀਂ ਹੁੰਦੀ ਇਸ ਕਰਕੇ ਜਿਹੜੀ ਪੁਲਿਸ ਆ ਉਹਨੂੰ ਪਹਿਲਾਂ ਤਾਂ ਇੰਡੀਪੈਂਡੈਂਟ ਹੋਣਾ ਚਾਹੀਦਾ ਜੀ ਜੀ ਨੰਬਰ 2 ਦੇ ਉੱਤੇ ਜਦੋਂ ਵੀ ਕੋਈ ਵੀ ਗਲਤੀ ਕਰਦਾ ਜੇ ਪੁਲਿਸਮੈਨ ਇੱਥੇ ਰੋਕਦਾ ਤੁਸੀਂ ਫਿਰ ਕੇ ਗਏ ਤੁਸੀਂ ਰਹਿ ਕੇ ਗਏ ਆ ਜੀ ਉਹ ਤੁਹਾਨੂੰ ਪੂਰੀ ਰਿਸਪੈਕਟ ਨਾਲ ਬੁਲਾਉਂਦੇ ਇੰਟੈਰੋਗੇਟਿਵ ਕਰਦੇ ਇੱਥੇ ਨਹੀਂ ਵੀ ਨਹੀਂ ਕਰਦੇ ਕਰਦੇ ਪਰ ਉਹਨਾਂ ਦਾ ਤਰੀਕਾ ਡਿਫਰੈਂਟ ਆ ਜੀ ਜੀ ਤੇ ਬਈ ਜਿਹੜਾ ਆਪਣੇ ਇੱਥੇ ਸਿਸਟਮ ਆ ਜੀ ਉਹ ਸੂਤ ਨਹੀਂ ਹੈ ਕਿਉਂਕਿ ਜਿਹੜਾ ਬੇਕਸੂਰੇ ਨੂੰ ਫੜ ਕੇ ਮਾਰ ਦੇਣਾ ਉਹ ਕਿਤੇ ਵੀ ਕਿਸੇ ਧਰਮ ਵਿੱਚ ਕਿਤੇ ਵੀ ਨਹੀਂ ਦੇਖਿਆ ਬਿਲਕੁਲ ਜੀ ਇਨਫੈਕਟ ਇਹ ਸਿਸਟਮ ਦੇ ਵਿੱਚ ਇਹਨੂੰ ਸਿਸਟਮ ਨੂੰ ਸੂਤ ਕਰਨ ਦੀ ਗੱਲ ਇਸੇ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ ਇਹ ਵੀ ਕੋਸ਼ਿਸ਼ ਆਪਾਂ ਨੂੰ ਜਾਰੀ ਰੱਖਣੀ ਚਾਹੀਦੀ ਆ ਤੁਸੀਂ ਗੱਲ ਕੀਤੀ ਆ ਆਜ਼ਾਦੀ ਦੀ ਵੀ ਪੁਲਿਸ ਉੱਥੇ ਆਜ਼ਾਦ ਆ ਅਤੇ ਸਾਡੇ ਇੱਥੇ ਉਹਨਾਂ ਨੂੰ ਪੁਲਿਸ ਨੂੰ ਫਰੀਡਮ ਹੈ ਨਹੀਂ ਮੇਰੇ ਖਿਆਲ ਥੋੜ੍ਹੀ ਜਿਹੀ ਮੈਂ ਇਹਦੇ ਨਾਲ ਤੁਹਾਡੇ ਵਿਚਾਰ ਦੇ ਨਾਲ ਸਹਿਮਤ ਨਹੀਂ ਗਾ ਆਜ਼ਾਦੀ ਦੇ ਨਾਲ ਨਾਲ ਅਕਾਊਂਟੇਬਿਲਿਟੀ ਬੜੀ ਚਾਹੀਦੀ ਆ ਸਾਡੇ ਇੱਥੇ ਜਾਂ ਤਾਂ ਸਿਸਟਮ ਆ ਵੀ ਪੁਲਿਸ ਨੂੰ ਆਪਣੇ ਉਹਨਾਂ ਕੋਲ ਪਾਵਰਸ ਹੈ ਨਹੀਂ ਔਰ ਉਹਨਾਂ ਨੂੰ ਜਿਹੜੇ ਸਿਆਸੀ ਲੋਕ ਆ ਉਹਨਾਂ 'ਤੇ ਗਲਤ ਕੰਮ ਕਰਾਉਂਦੇ ਆ ਅਤੇ ਜਾਂ ਫਿਰ ਅਕਾਊਂਟੇਬਿਲਿਟੀ ਹੈ ਨਹੀਂ ਅਕਾਊਂਟੇਬਿਲਿਟੀ ਜਿਹੜੀ ਆ ਇਹ ਬਹੁਤ ਜ਼ਰੂਰੀ ਹੁੰਦੀ ਆ ਵੀ ਜੇ ਆਜ਼ਾਦੀ ਹੋਵੇ ਪਰ ਅਕਾਊਂਟੇਬਿਲਿਟੀ ਵੀ ਜੋ ਵੀ ਉਹ ਕੰਮ ਕਰਦੇ ਆ ਉਹਨਾਂ ਨੂੰ ਪੁੱਛੇ ਵੀ ਤੁਸੀਂ ਆ ਜੋ ਕਰਦੇ ਜੇ ਸਹੀ ਕਰਦੇ ਜੇ ਹੁਣ ਆ ਜਿਵੇਂ ਤੁਸੀਂ ਫੋਟੋਆਂ ਵੇਖ ਰਹੇ ਜੇ ਸਕਰੀਨ ਦੇ ਉੱਤੇ ਇਹ ਮਤਲਬ ਕਿਸੇ ਨੇ ਇਹਨਾਂ ਨੂੰ ਸ਼ਾਇਦ ਟ੍ਰੇਨਿੰਗ ਦਿੱਤੀ ਨਹੀਂ ਵੀ ਇੱਦਾਂ ਤੁਸੀਂ ਡੰਡੇ ਵਾਧ ਸਕਦੇ ਜੇ ਆਫਟਰਆਲ ਕੋਈ ਸਿਸਟਮ ਕੋਈ ਟ੍ਰੇਨਿੰਗ ਜਿਵੇਂ ਕਿਸੇ ਬੰਦੇ ਨੂੰ ਟੈਕਲ ਕਰਨ ਦਾ ਤਰੀਕਾ ਮੇਰਾ ਤਾਂ ਹਾਲ ਹੈ ਪਹਿਲਾਂ ਤਾਂ ਆ ਡੰਡੇ ਲੋਕਾਂ ਤੋਂ ਜਿਹੜੇ ਪੁਲਿਸ ਵਾਲਿਆਂ ਤੋਂ ਨਾ ਇਹ ਲੈਣੇ ਚਾਹੀਦੇ ਆ ਡੰਡੇ ਲੈ ਕੇ ਤਾਂ ਇਹਨਾਂ ਨੂੰ ਬੇਸਿਕਲੀ ਫਿੱਟ ਬਣਾਇਆ ਜਾਵੇ ਬਹੁਤ ਸਾਰੇ ਜਿਹੜੇ ਪੁਲਿਸ ਵਾਲੇ ਆਪਾਂ ਵੇਖਿਆ ਵੀ ਕਿਵੇਂ ਢਿੱਡ ਕੱਢੇ ਹੁੰਦੇ ਉਹਨਾਂ ਨੇ ਔਰ ਉਹ ਸਿਰਫ ਡੰਡੇ ਦੇ ਸਿਰ 'ਤੇ ਹੀ ਚੱਲਦੇ ਆ ਸੋ ਇਸ ਕਰਕੇ ਆਜ਼ਾਦੀ ਦੇ ਨਾਲ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਪਰ ਨਾਲ ਨਾਲ ਅਕਾਊਂਟੇਬਿਲਿਟੀ ਬਹੁਤ ਜ਼ਰੂਰੀ ਆ ਅਕਾਊਂਟੇਬਿਲਿਟੀ ਦੀ ਇੱਥੇ ਕਮੀ ਆ ਪੁਰਾਣਾ ਸਿਸਟਮ ਹੁੰਦਾ ਸੀਗਾ
ਅੰਗਰੇਜ਼ਾਂ ਨੇ ਸਿਸਟਮ ਬਣਾਇਆ ਸੀਗਾ ਮੈਜਿਸਟਰੇਟ ਦਾ ਸਿਸਟਮ। ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਅਮਨ ਕਾਨੂੰਨ ਦਾ ਜਿਹੜਾ ਸੀਨੀਅਰ ਅਫਸਰ ਹੁੰਦਾ ਸੀਗਾ ਉਹ ਡਿਪਟੀ ਕਮਿਸ਼ਨਰ ਹੁੰਦਾ ਸੀਗਾ, SSP ਨਹੀਂ ਸੀਗਾ। SSP ਜਿਹੜਾ ਸੀਗਾ ਉਹ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰਦਾ ਸੀਗਾ। ਅਸੀਂ ਇਹ ਸਿਸਟਮ ਉਹਦੇ ਬੇਸਿਕਲੀ ਅਕਾਊਂਟੇਬਿਲਿਟੀ ਲਾਉਣ ਵਾਸਤੇ, ਔਰ ਜੇ ਕਿਸੇ ਮੁਜ਼ਾਹਰੇ ਦੇ ਉੱਤੇ ਫਾਇਰਿੰਗ ਵੀ ਕਰਨੀ ਹੁੰਦੀ ਸੀ ਤਾਂ ਮੈਜਿਸਟਰੇਟ ਪਰਮਿਸ਼ਨ ਦਿੰਦਾ ਸੀ। ਅਸੀਂ ਇਹ ਸਿਸਟਮ ਨੂੰ ਹੌਲੀ ਹੌਲੀ ਚੇਂਜ ਕਰਕੇ ਹੁਣ ਇੱਕ ਕਮਿਸ਼ਨਰੇਟ ਸਿਸਟਮ ਲਿਆਉਣ ਦਾ, ਕਮਿਸ਼ਨਰ ਸਿਸਟਮ, ਜਿੱਥੇ ਪੁਲਿਸ ਆਪ ਹੀ ਫੈਸਲਾ ਕਰਦੀ ਆ ਵੀ ਇੱਥੇ ਫਾਇਰਿੰਗ ਦੀ ਲੋੜ ਹੈ ਜਾਂ ਨਹੀਂ ਲੋੜ। ਸੋ ਮੇਰਾ ਖਿਆਲ ਆ ਉਹ ਜਿਹੜਾ ਪੁਰਾਣਾ ਸਿਸਟਮ ਸੀਗਾ, ਜੇ ਉਹਦੇ 'ਚ ਕੋਈ ਖਾਮੀਆਂ ਸੀ ਸਾਨੂੰ ਉਹ ਖਾਮੀਆਂ ਦੂਰ ਕਰਨੀਆਂ ਚਾਹੀਦੀਆਂ ਸੀ। ਇਹ ਨਹੀਂ ਵੀ ਉਸ ਸਿਸਟਮ ਨੂੰ ਤੁਸੀਂ ਪਾਸੇ ਸੁੱਟ ਦਿਓ, ਉਹਨੂੰ ਤੁਸੀਂ ਆਪਣੇ ਰੱਦੀ ਵਾਲੀ ਟੋਕਰੀ ਸੁੱਟ ਕੇ ਅਤੇ ਨਵਾਂ ਸਿਸਟਮ ਬਣਾ ਲਓ ਜਿਹਦੇ 'ਤੇ ਅਕਾਊਂਟੇਬਿਲਿਟੀ ਨਹੀਂ ਹੈ। ਸੋ ਇਸ ਕਰਕੇ ਆਜ਼ਾਦੀ ਦੇ ਨਾਲ ਨਾਲ ਅਕਾਊਂਟੇਬਿਲਿਟੀ ਔਰ ਸ਼ਾਇਦ ਅਕਾਊਂਟੇਬਿਲਿਟੀ ਦੀ ਕਮੀ ਆ ਜਿਹੜੀ ਉਹ ਇੱਥੇ ਅਸੀਂ ਵੇਖ ਰਹੇ ਹਾਂ ਉਹ ਸਾਫ਼ ਨਜ਼ਰ ਆ ਰਹੀ ਹੈ, ਭਾਵੇਂ ਉਹ ਵਜ਼ਾਰਾ ਦਾ ਗੁਜਰਾਤ ਦਾ ਕੇਸ ਆ ਜਾਂ ਕਸ਼ਮੀਰ ਦਾ ਜਾਂ ਪੰਜਾਬ ਦਾ ਜਾਂ ਸੈਂਟਰਲ ਇੰਡੀਅਨ ਸਟੇਟਸ ਦਾ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ। ਅਸੀਂ ਗੱਲ ਕਰ ਰਹੇ ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਔਰ ਇਸ ਵਾਸਤੇ ਇਹਦੇ ਨਾਲ ਨਜਿੱਠਣ ਵਾਸਤੇ ਕੀ ਕਰਨ ਦੀ ਸਾਨੂੰ ਲੋੜ ਆ। ਕੁਝ ਸਾਡੇ ਨਾਲ ਦਰਸ਼ਕ ਜੁੜੇ ਨੇ ਔਰ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹੈਲੋ ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਜੀ ਪਿੰਡ ਤੱਕ ਤੋਂ ਬੋਲ ਰਿਹਾ। ਕਿੱਥੋਂ ਜੀ? ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਹਾਂਜੀ, ਹਰਵਿੰਦਰ ਸਿੰਘ ਜੀ ਸਵਾਗਤ ਹੈ ਸ਼ੋਅ ਦੇ ਵਿੱਚ। ਗੱਲ ਆ ਬਾਈ ਜੀ। ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਬਿਲਕੁਲ। ਤੁਸੀਂ ਟੀਵੀ ਵੱਲ ਨਾ ਵੇਖੋ, ਤੁਸੀਂ ਗੱਲ ਕਰੋ ਆਪਣੀ। ਸੰਧੂ ਸਾਹਿਬ ਠੀਕ ਹੈ? ਹਾਂਜੀ, ਜਦੋਂ ਸਾਡੇ ਪੁਲਿਸ ਵਾਲੇ ਪੈਸੇ ਦੇ ਕੇ ਤਾਂ ਬਣਦੇ ਆ SP DSP। ਹਰਵਿੰਦਰ ਸਿੰਘ ਜੀ ਤੁਸੀਂ ਨਾ TV ਸੁਣ ਕੇ ਗੱਲ ਕਰ ਰਹੇ ਜੇ, TV ਦਾ ਵੋਲਿਊਮ ਹੌਲੀ ਕਰ ਦਿਓ, TV ਵੱਲ ਨਾ ਵੇਖੋ ਪਲੀਜ਼। ਅੱਛਾ ਜੀ ਹਾਂਜੀ ਹੈਲੋ ਜੀ ਹਾਂਜੀ ਹਾਂਜੀ, ਹੁਣ ਦੱਸੋ ਕੀ ਕਰਨੀ ਗੱਲ। ਗੱਲ ਮੈਂ ਕਰਨੀ ਹੈ ਜੀ, ਪੁਲਿਸ ਵਾਲੇ ਲੱਗਦੇ ਹੈ ਮਹਿਕਮੇ 'ਚ ਆਉਂਦੇ ਹੈ ਜੀ, SP DSP ਲੱਗਦੇ ਹੈ, ਇਹ ਪੈਸੇ ਦੇ ਕੇ ਤਾਂ ਵਜ਼ੀਰਾਂ ਨੂੰ ਲੱਗਦੇ ਹੈ ਜੀ, ਕਰਨ ਕੀ ਫਿਰ? ਨਹੀਂ ਪੈਸੇ ਦੇ ਕੇ ਲੱਗਦੇ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਤੁਸੀਂ ਲੋਕਾਂ ਨੂੰ ਫੜ ਫੜ ਕੇ ਮਾਰ ਦਿਓ। ਆਫਟਰਆਲ ਜਦੋਂ ਪੈਸੇ ਦੇ ਕੇ ਲੱਗਣ ਤੋਂ ਬਾਅਦ, ਮੈਂ ਮੰਨਦਾ ਵਾਂ ਵੀ ਬੜੀ ਗਲਤ ਗੱਲ ਆ, ਪੈਸੇ ਦੇ ਕੇ ਕਿਸੇ ਨੂੰ ਨਹੀਂ ਹੈ ਤਾਂ ਬਿਲਕੁਲ ਉਹਨਾਂ ਦੀ ਕਾਬਲੀਅਤ 'ਤੇ ਲੱਗਣਾ ਚਾਹੀਦਾ ਵਾ, ਪਰ ਉਸ ਤੋਂ ਬਾਅਦ ਉਹਨਾਂ ਦੀ ਫਿਰ ਟ੍ਰੇਨਿੰਗ ਹੁੰਦੀ ਆ। ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਵੀ ਆਹ ਕਾਨੂੰਨ ਆ, ਕਾਨੂੰਨ ਪੜ੍ਹਾਇਆ ਜਾਂਦਾ ਉਹਨਾਂ ਨੂੰ, ਸਰ ਕਾਨੂੰਨ ਦੇ ਮੁਤਾਬਿਕ ਤਾਂ ਚੱਲਣਾ ਹੀ ਚਾਹੀਦਾ ਨਾ। ਇੰਡੀਆ 'ਚ ਕਾਨੂੰਨ ਕਿਹੜਾ ਬਾਈ ਜੀ ਹੈਗਾ? ਉਹੀ ਤਾਂ ਆਪਾਂ ਲਿਆਉਣਾ ਜੀ, ਜੇ ਨਹੀਂ ਹੈਗਾ ਕਾਨੂੰਨ, ਵੈਸੇ ਹੈਗਾ ਵਾ, ਪਰ ਕਾਨੂੰਨ ਦੇ ਵਿੱਚ ਆਪਾਂ ਬਿਹਤਰੀ ਲਿਆਉਣੀ ਆ ਕਿਉਂਕਿ ਆਪਾਂ ਸਮਾਜ ਦੇ ਵਿੱਚ ਇੱਕ ਇੰਪਰੂਵਮੈਂਟ ਲਿਆਉਣੀ ਆ। ਹਰਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਆਓ ਉਹਨਾਂ ਦੇ ਵੀ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਮਰੀਕ ਬੋਲ ਰਿਹਾ ਜੀ, ਲੌਂਗ ਆਈਲੈਂਡ ਨਿਊਯਾਰਕ ਤੋਂ। ਹਾਂਜੀ ਹਾਂਜੀ ਅਮਰੀਕ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਇਹੀ ਮਤਲਬ ਕਿ ਕਰਜ ਕਰਨਾ ਚਾਹੁੰਦਾ ਸੀਗਾ ਵੀ ਦੇਖੋ ਉੱਥੇ ਜਿਹੜਾ ਆਪਣਾ ਲਾ ਐਂਡ ਰੈਗੂਲੇਸ਼ਨ ਆ ਇੰਡੀਆ ਦੇ ਵਿੱਚ ਜੀ, ਉਹਦੀ ਇੰਨੀ ਕੁ ਪ੍ਰੋਬਲਮ ਆ ਜੀ। ਨੰਬਰ ਇੱਕ ਤਾਂ ਜੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਹ ਬੰਦਾ ਐਦਾ ਵਾ ਜੀ, ਚੈੱਕ ਹੋਈ ਪਿਆ ਜੀ, ਅਸੀਂ ਉਹਨਾਂ ਨੂੰ ਇਹ ਪਤਾ ਲੱਗ ਜਾਏ ਵੀ ਇਹ ਫਾਰਚੂਨਰ 'ਚ ਜਾ ਰਿਹਾ ਜਾਂ ਕੋਈ ਵੱਡੀ ਗੱਡੀ 'ਚ ਜਾ ਰਿਹਾ, ਉਹ ਬਿਨਾਂ ਮਤਲਬ ਕੋਈ ਰੋਕ ਕੇ ਉਹਨਾਂ ਨੂੰ ਜਿਹੜਾ ਉਹ ਜਿਹੜਾ ਟਾਰਚਰ ਕਰਦੇ ਆ। ਥੋੜ੍ਹਾ ਜਿਹਾ ਇਸ ਦਾ ਪਲੀਜ਼ ਸਾਰਿਆਂ ਨੂੰ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਦੇਖੋ ਆਪਾਂ ਉੱਥੇ ਜੇ ਜਾਂਦੇ ਹਾਂ ਇੰਡੀਆ, ਆਪਾਂ ਦੋ ਪਾਸੇ ਖਰਚੇ ਹੀ ਆਉਂਦੇ ਹਾਂ, ਟਾਰਗੇਟ ਬਣ ਜਾਂਦੇ ਆ ਵੀ ਇਹ ਬੰਦਾ NRI ਆ, ਇਹਦੇ ਕੋਲ ਦੋ ਪੈਸੇ ਹੈਗੇ ਆ, ਇਹਨੂੰ ਰੋਕੋ, ਤੇ ਇਹਦੇ ਕੋਲ ਪੁੱਛੋ ਵੀ ਇਹਦੇ ਕੋਲ ਲਾਇਸੈਂਸ ਨੀ ਹੈਗਾ, ਇਹਦੇ ਕੋਲ ਯੇ ਨੀ ਹੈਗਾ, ਮਤਲਬ ਬਦੋ ਬਦਰੀ ਜਾਣੀ ਬਿਨਾਂ ਗੱਲ ਉਹਨੂੰ ਜਿਹੜਾ ਕਰਦੇ ਆ ਜੀ। ਇਹ ਕੋਈ ਸਿਸਟਮ ਅਨਫੋਰਚੁਨੇਟਲੀ ਅਮਰੀਕ ਜੀ ਬਣਿਆ ਨਹੀਂ ਇੱਥੇ। ਮੈਨੂੰ ਯਾਦ ਹੈ ਚੰਡੀਗੜ੍ਹ ਦੇ ਵਿੱਚ ਇੱਕ, ਇੱਥੇ ਚੰਡੀਗੜ੍ਹ ਪੁਲਿਸ ਨੇ ਇੱਕ ਨਵਾਂ ਸਿਸਟਮ ਇੰਟਰੋਡਿਊਸ ਕੀਤਾ ਕਿਉਂਕਿ ਉਹਨਾਂ ਦਿਨਾਂ 'ਚ ਜਿਹੜੇ ਬਜ਼ੁਰਗ ਸੀਗੇ ਉਹਨਾਂ 'ਤੇ ਕੁਝ ਹਮਲੇ ਹੋ ਰਹੇ ਸੀਗੇ। ਬਜ਼ੁਰਗ ਜਿਹੜੇ ਸੀ ਲੋਕ ਕੋਈ ਘਰ 'ਚ ਲੁੱਟ ਖੋਹ ਕਰਨ ਵਾਲੇ ਜਿਹੜੇ ਸੀਗੇ ਉਹ ਟਾਰਗੇਟ ਕਰਦੇ ਸੀ ਵੀ ਇਹ ਔਰਤ ਜਿਹੜੀ ਆ ਜਾਂ ਬਜ਼ੁਰਗ ਇਕੱਲਾ ਰਹਿੰਦਾ ਵਾ
ਅਤੇ ਉਹਨੂੰ ਜਾ ਕੇ ਉਹਨੂੰ ਰਾਤ ਨੂੰ ਜਾ ਕੇ ਲੁੱਟ ਖੋਹ ਕਰਕੇ ਕਈ ਵਾਰ ਗਲਗੁਲੇ ਵੀ ਘੁੱਟ ਜਾਂਦੇ ਸੀ ਜਾਂਦੇ ਜਾਂਦੇ। ਸੋ ਪੁਲਿਸ ਨੇ ਫਿਰ ਇੱਕ ਸਿਸਟਮ ਬਣਾਇਆ ਵੀ ਅਸੀਂ ਸਾਰੇ ਜਿੰਨੇ ਬਜ਼ੁਰਗ ਆ ਉਹਨਾਂ ਦੀ ਲਿਸਟ ਬਣਾਵਾਂਗੇ ਔਰ ਉਹਨਾਂ ਕੋਲ ਇੱਕ ਬੀਟ ਕੋਂਸਟੇਬਲ ਭੇਜਿਆ ਕਰਾਂਗੇ ਹਰ ਹਫ਼ਤੇ ਪੁੱਛਣ ਵਾਸਤੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਗੀ, ਸੋ ਦੈਟ ਪੁਲਿਸ ਨੂੰ ਪਤਾ ਲੱਗਦਾ ਰਹੇ ਵੀ ਕਿੱਥੇ ਕਿੱਥੇ ਰਹਿੰਦੇ ਆ ਸੱਜਣ ਔਰ ਇਹਨਾਂ ਦੀਆਂ, ਔਰ ਜੋ ਪੁਲਿਸ ਵਾਲਿਆਂ ਦੇ ਘਰ ਜਾਊਗਾ ਤਾਂ ਜਿਹੜੇ ਲੁੱਟ ਖੋਹ ਕਰਨ ਵਾਲੇ ਉਹ ਵੀ ਵੇਖ ਲੈਣਗੇ ਵੀ ਪੁਲਿਸ ਨੂੰ ਪਤਾ ਵਾ ਵੀ ਇਹ ਬੰਦਾ ਰਹਿ ਰਿਹਾ ਵਾ ਅਤੇ ਅਸੀਂ ਜੇ ਜਾਵਾਂਗੇ ਤਾਂ ਫੜੇ ਵੀ ਜਾ ਸਕਦੇ ਹਾਂ। ਹੈਰਾਨੀ ਦੀ ਗੱਲ ਆ ਵੀ ਉਸ ਤੋਂ ਬਾਅਦ ਇਹੋ ਜਿਹੀਆਂ ਵਾਰਦਾਤਾਂ ਵੱਧ ਗਈਆਂ ਉਹ, ਔਰ ਬਾਅਦ 'ਚ ਪਤਾ ਲੱਗਾ ਵੀ ਸ਼ਾਇਦ ਪੁਲਿਸ ਵਾਲੇ ਹੀ ਕੁਝ ਇਹੋ ਜਿਹੇ ਲੋਕ ਸੀਗੇ ਉਸੇ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਉਹ ਇਹ ਕੰਮ ਕਰਵਾਉਣ ਲੱਗ ਪਏ। ਸੋ ਇਸ ਕਰਕੇ ਪੁਲਿਸ ਦੀ ਪਰ ਬੇਸਿਕਲੀ ਇਹ ਸਾਰੀ ਟ੍ਰੇਨਿੰਗ ਦਾ ਸਿਸਟਮ ਆ ਜੋ ਔਰ ਮੁੜ ਤੋਂ ਇੱਕ ਸੁਧਾਰ ਲਿਆਉਣ ਦੀ ਲੋੜ ਆ ਜਿਹੜੀ, ਜਿਵੇਂ ਹੁਣੇ ਆ ਇੱਕ ਆਪਣੇ ਸੱਜਣ ਨੇ ਗੱਲ ਕੀਤੀ ਆ ਵੀ ਪਹਿਲੀ ਪ੍ਰੋਬਲਮ ਤਾਂ ਰਿਕਰੂਟਮੈਂਟ ਆ, ਜਿੰਨਾ ਚਿਰ ਤੱਕ ਰਿਕਰੂਟਮੈਂਟ ਕਾਬਲੀਅਤ ਦੇ ਬੇਸ 'ਤੇ ਨਹੀਂ ਹੋਊਗੀ ਔਰ ਸ਼ਾਇਦ ਰਿਕਰੂਟਮੈਂਟ ਲੈਵਲ 'ਤੇ ਸਾਨੂੰ ਜਿਹੜਾ ਲੈਵਲ ਆ ਉਹ ਵਧਾਉਣ ਦੀ ਲੋੜ ਆ। ਕਿਸੇ ਵੇਲੇ ਸੀਗੇ ਵੀ 8ਵੀਂ ਵਾਲਾ ਜਾਂ 10ਵੀਂ ਵਾਲਾ ਵੀ ਜਿਹੜਾ ਸੀਗਾ ਉਹ ਕਾਂਸਟੇਬਲ ਭਰਤੀ ਹੋ ਜਾਂਦਾ ਸੀ, ਮੇਰੇ ਖਿਆਲ ਉੱਥੇ ਲੋੜ ਆ ਵੀ ਸਾਨੂੰ ਥੋੜ੍ਹਾ ਜਿਹਾ ਉੱਤੇ ਲੈ ਕੇ ਜਾਈਏ, ਪਹਿਲਾਂ ਤਾਂ ਕਾਂਸਟੇਬਲ ਦਾ ਜਿਹੜਾ ਜਿਹੜਾ ਸਟੇਟਸ ਆ ਉਹਨੂੰ ਉੱਪਰ ਕਰੀਏ, ਉਹਦਾ ਐਜੂਕੇਸ਼ਨ ਲੈਵਲ ਉੱਪਰ ਕਰੀਏ, ਸ਼ਾਇਦ ਗ੍ਰੈਜੂਏਟ ਹੋਣਾ ਚਾਹੀਦਾ ਵਾ, ਪਰ ਗ੍ਰੈਜੂਏਟ ਤਦ ਹੀ ਆਊਗਾ ਜੇ ਉਹਦੀ ਇੱਕ ਤਨਖਾਹ ਹੋਊਗੀ ਔਰ ਉਹਦੀ ਇੱਕ ਕਾਂਸਟੇਬਲ ਦੀ ਸਮਾਜ ਦੇ ਵਿੱਚ ਇੱਕ ਇੱਜ਼ਤ ਹੋਊਗੀ ਔਰ ਉਹ ਇੱਜ਼ਤ ਤਦ ਹੀ ਆ ਸਕਦੀ ਆ ਜਦੋਂ ਜਿਹੜੀਆਂ ਜਿਹੜੇ ਡਿਊਟੀਆਂ ਜਿਹੜੀਆਂ ਵਾ ਉਹ ਚੰਗੀ ਤਰ੍ਹਾਂ ਵੰਡੀਆਂ ਹੋਣ ਵੀ ਉਹਦੀ ਡਿਊਟੀ ਕੀ ਹੈਗੀ ਹੈ। ਜੇ ਤੁਸੀਂ ਐਵੇਂ ਡੰਡੇ ਫੜਾ ਕੇ ਸਾਰਾ ਸਾਰਾ ਦਿਨ ਉਹਨਾਂ ਨੂੰ ਸੜਕ 'ਤੇ ਖੜ੍ਹੇ ਰੱਖਣਾ ਵਾ ਬਿਨਾਂ ਕਿਸੇ ਕੰਮ 'ਤੇ, ਜਾਂ VIPs ਨੇ ਆਪਣੇ ਘਰ ਦੇ ਬਾਹਰ ਉਹਨਾਂ ਨੂੰ ਪਹਿਰਾ ਲਵਾ ਦੇਣਾ ਵਾ ਬਿਨਾਂ ਕਿਸੇ ਵਜ੍ਹਾ ਦੇ, ਰਿਟਾਇਰਡ ਅਫਸਰ ਵੀ ਆਪਣੇ ਘਰ ਦੇ ਵਿੱਚ ਇਹੋ ਜਿਹੇ ਲੋਕ ਜਿਹੜੇ ਕਾਂਸਟੇਬਲ ਸੀ ਜਿਹਨਾਂ ਨੂੰ ਮਿਸਯੂਜ਼ ਕਰ ਰਹੇ ਆ। ਸੋ ਇਸ ਕਰਕੇ ਕਈ ਲੈਵਲਸ 'ਤੇ ਇੰਪਰੂਵਮੈਂਟ ਕਰਨ ਦੀ ਲੋੜ ਆ, ਸਾਨੂੰ ਬਚਣਾ ਚਾਹੀਦਾ ਵਾ ਕਿਉਂਕਿ ਜਿਹੜੀਆਂ ਸਟੇਟਸ ਨੂੰ ਛੋਟੀਆਂ ਕੰਟਰੀਜ਼ ਆ ਜਿਹਨਾਂ ਨੂੰ ਬਨਾਨਾ ਰਿਪਬਲਿਕ ਕਹੀਦਾ ਵਾ ਉੱਥੇ ਇਹੋ ਜਿਹੇ ਕੰਮ ਸੁਣੀਦੇ ਸੀਗੇ। ਸੋ ਸਾਨੂੰ ਲੋੜ ਆ ਵੀ ਇਹੋ ਜਿਹੀ ਅਸੀਂ ਆਪਣੇ ਮੁਲਕ ਨੂੰ ਬਨਾਨਾ ਰਿਪਬਲਿਕ ਨਾਮ ਬਣ ਦਈਏ ਔਰ ਇੱਥੇ ਜੇ ਕੋਈ ਕਾਨੂੰਨ ਦੇ ਵਿੱਚ ਖਾਮੀ ਆ ਤਾਂ ਉਹਨੂੰ ਦੂਰ ਕਰੀਏ, ਨਾ ਕਿ ਕਾਨੂੰਨ ਦੀ ਉਲੰਘਣਾ ਕਰੀਏ। ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦਾ ਦ੍ਰਿਸ਼ਟੀਕੋਣ ਵੀ ਸੁਣਦੇ ਹਾਂ। ਹੈਲੋ, ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਅਟਵਾਲ ਬੋਲ ਰਿਹਾ ਇੱਥੋਂ ਕੈਨੇਡਾ ਤੋਂ। ਹਾਂਜੀ ਭਾਈ ਜਾਨ, ਦੱਸੋ ਕੀ ਵਿਚਾਰ ਰੱਖਣੇ ਚਾਹੁੰਦੇ ਜੇ? ਹਾਂਜੀ ਸਰ, ਮੈਂ ਤੁਹਾਡਾ ਇੱਕ ਸੁਣਿਆ ਸੀਗਾ, ਇੱਕ ਤੁਸੀਂ ਪੁਆਇੰਟ ਦੱਸਿਆ ਕਿ ਬ੍ਰਿਟਿਸ਼ ਜਿਹੜੇ ਬ੍ਰਿਟਿਸ਼ਰ ਦੇ ਜ਼ਮਾਨੇ ਦੇ ਵਿੱਚ ਸਾਡੇ ਬਹੁਤ ਲਾਅ ਐਂਡ ਆਰਡਰ ਸੀਗਾ, ਜਿੱਦਾਂ ਵੈਲ ਮੇਨਟੇਨ ਜੀ। ਤੇ ਜੇ ਆਪਾਂ ਹਿਸਟਰੀ ਦੇ ਵਿੱਚ ਝਾਤ ਮਾਰੀਏ ਤਾਂ ਆਪਣਾ ਜਿਹੜਾ ਇਹ ਅੱਜ ਦੀ ਪੁਲਿਸ ਦੀ ਪਾਵਰ ਹੈ ਨਾ, ਇਹ ਇੰਡੀਅਨ ਪੁਲਿਸ ਐਕਟ 1861 ਜੀ, ਉਦੋਂ ਤੋਂ ਇਹ ਚੱਲਿਆ ਆ ਰਿਹਾ। ਬਿਲਕੁਲ ਠੀਕ ਹੈ। ਤੇ ਇਹਦੇ ਕਰਕੇ ਆਪਣੇ ਕਈ ਫਰੀਡਮ ਫਾਈਟਰ ਵੀ ਮਾਰੇ ਗਏ, ਤੇ ਭਗਤ ਸਿੰਘ ਨੇ ਵੀ ਇਹਦੇ ਖਿਲਾਫ ਬਹੁਤ ਜ਼ਿਆਦਾ ਆਵਾਜ਼ ਚੁੱਕੀ ਸੀ ਉਸ ਸਮੇਂ 'ਚ ਜੀ। ਸੋ ਉਹ ਭਗਤ ਸਿੰਘ ਚਾਹੁੰਦਾ ਸੀਗਾ ਕਿ ਵੀ ਅਸੀਂ ਇਸ ਪੁਲਿਸ ਐਕਟ ਨੂੰ ਚੇਂਜ ਕਰੀਏ, ਵੀ ਇਹ ਬੰਦੇ ਨੂੰ ਇੱਕ ਇਨਸਾਨ ਨੂੰ ਜਿਹੜਾ ਇਨਸਾਨ ਸਮਝ ਕੇ ਉਹਨੂੰ ਟ੍ਰੀਟ ਕਰਨਾ ਚਾਹੀਦਾ। ਇਹ ਇਹ ਇੱਦਾਂ ਦੀ ਚੀਜ਼ਾਂ ਤੁਹਾਨੂੰ ਵੀ ਪਤਾ, ਹਿਸਟਰੀ 'ਚ ਆਪਾਂ ਜਾਈਏ, ਚਲੋ ਉਹ ਤਾਂ ਡਿਫਰੈਂਟ ਪੁਆਇੰਟ ਆ। ਸੋ ਇਹ ਇਹ ਪਾਵਰ ਉੱਥੋਂ ਆ ਰਹੀ ਹੈ, ਉਹਨਾਂ ਦੇ ਜ਼ਮਾਨਿਆਂ 'ਚ ਜਿਹੜੀ ਰੇਸਿਸਟ ਪਾਲਿਸੀਜ਼ ਉਹਨਾਂ ਨੇ ਬਣਾਈਆਂ। ਬਿਲਕੁਲ ਭਾਈ ਜਾਨ, ਪਾਵਰ ਉੱਥੋਂ ਆ ਰਹੀ ਆ, ਲੇਕਿਨ ਉਹਨਾਂ ਲੋਕਾਂ ਨੇ ਵੀ ਇਹਦੀ ਉਲੰਘਣਾ ਨਹੀਂ ਕੀਤੀ, ਇਹਦੀ ਪਾਲਣਾ ਕੀਤੀ ਹੈ। ਮੈਂ ਮੰਨਦਾ ਵਾਂ ਵੀ ਉਹ ਪਾਵਰ ਗਲਤ ਆ, ਉਹਨੂੰ ਚੇਂਜ ਕਰਨ ਦੀ, ਉਹਦੇ 'ਚ ਬਦਲਾਵ ਲਿਆਉਣ ਦੀ ਲੋੜ ਆ। ਜਿਹੜੇ ਉਦੋਂ ਦੇ ਮੂਵਮੈਂਟ ਦੇ ਲੋਕ ਸੀ, ਜੇ ਉਦੋਂ ਦੀ ਸਰਕਾਰ ਚਾਹੁੰਦੀ ਤਾਂ ਉਹਨਾਂ ਦੇ ਵੀ ਝੂਠੇ ਮੁਕਾਬਲੇ ਕਰ ਸਕਦੀ ਸੀ, ਪਰ ਉਹਨਾਂ ਨੇ ਫਿਰ ਵੀ ਉਹਨਾਂ ਨੂੰ ਕਾਨੂੰਨ ਤਹਿਤ ਇੱਕ ਉਹਨਾਂ ਦੀ ਉਹਨਾਂ ਦੇ ਟ੍ਰਾਇਲ ਕੀਤੀ। ਟ੍ਰਾਇਲ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਫਾਂਸੀ 'ਤੇ ਚੜਾਇਆ ਜਾਂ ਉਹਨਾਂ ਨਾਲ ਨਜਿੱਠਿਆ ਗਿਆ। ਸੋ ਉਹ ਮੈਂ ਮੰਨਦਾ ਵਾਂ ਵੀ 1861 ਦੇ ਜਿਹੜਾ ਕਾਨੂੰਨ ਆ ਉਹਦੇ 'ਚ ਚੇਂਜਸ ਕਰਨ ਦੀ ਲੋੜ ਆ, ਪਰ ਸਾਡੀ ਪ੍ਰੋਬਲਮ ਇਹ ਹੈ ਵੀ ਅਸੀਂ ਜਦੋਂ ਚੇਂਜਸ ਕਰਦੇ ਹਾਂ ਨਾ, ਉਹਨੂੰ ਅਸੀਂ ਹੋਰ ਡਰੈਕੋਨੀਅਨ, ਹੋਰ ਡਰਾਉਣਾ ਬਣਾ ਦਿੰਦੇ ਹਾਂ, ਨਾ ਕਿ ਉਹਨੂੰ ਅਸੀਂ ਉਹਦੇ 'ਚ ਇੱਕ ਹਿਊਮਿਲਿਟੀ, ਹਿਊਮੈਨਿਟੀ ਦੇ ਤਰਫ ਜਾਈਏ। ਸੋ ਚੇਂਜਸ ਜ਼ਰੂਰ ਕਰਨ ਦੀ ਲੋੜ ਆ, ਪਰ ਉਹਨੂੰ ਹੋਰ ਡਰੈਕੋਨੀਅਨ, ਖਤਰਨਾਕ ਬਣਾਉਣ ਦੀ ਲੋੜ ਨਹੀਂ, ਉਹਨੂੰ ਇੱਕ ਸਮਾਜ ਦੀ ਬਿਹਤਰੀ ਵਾਸਤੇ ਉਹਦੇ 'ਚ ਚੇਂਜਸ ਕਰਨ ਦੀ ਲੋੜ ਹੈ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਉਹਨਾਂ ਦੇ ਵੀ ਵਿਚਾਰ ਸਾਂਝੇ ਕਰਦੇ ਹਾਂ। ਹੈਲੋ, ਹੈਲੋ, ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪ੍ਰੀਤਮ ਸਿੰਘ ਗਿੱਲ ਜੀ ਬੋਲ ਰਿਹਾ, ਨਿਊਯਾਰਕ ਰਿਚਮੰਡ ਹਿਲ ਤੋਂ। ਹਾਂਜੀ ਹਾਂਜੀ ਪ੍ਰੀਤਮ ਸਿੰਘ ਜੀ, ਹਾਂਜੀ ਸਵਾਗਤ ਹੈ। ਹਾਂਜੀ, ਤੁਹਾਡੇ ਨਾਲ ਰੋਜ਼ ਨਾਲ ਦਰਸ਼ਨ ਹੋ ਜਾਂਦੇ ਨਾਲੇ ਤੁਹਾਨੂੰ ਗੱਲਬਾਤ ਕਰ ਲਈ ਦੀ ਹੈ। ਬਿਲਕੁਲ। ਤੇ ਅੱਜ ਤੁਹਾਡਾ ਵਿਸ਼ਾ ਬਹੁਤ ਵਧੀਆ ਸੁਣ ਰਹੇ ਹਾਂ ਕਿ ਪੁਲਿਸ ਦਾ ਕੁਝ ਜਿਹੜੀਆਂ ਪੁਲਿਸ ਦੀਆਂ ਖਾਮੀਆਂ ਨੇ ਉਹ ਗਲਤੀਆਂ ਵੀ ਹੁੰਦੀਆਂ। ਤੇ ਕਈ ਵਾਰੀ ਮੈਂ ਸੋਚਣਾ ਪੁਲਿਸ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਪੁਲਿਸ ਚੰਗਾ ਵੀ ਕੰਮ ਕਰਦੀ ਹੈ। ਬਿਲਕੁਲ ਠੀਕ ਹੈ। ਕਿ ਜਿਵੇਂ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਰਹਿੰਦੇ ਹਾਂ ਨਾ ਜੀ, ਤੇ ਇੱਥੇ ਪੁਲਿਸ ਦੇ ਏਡੇ ਵੱਡੇ ਕਾਨੂੰਨ ਨੇ ਤੇ ਹੱਥੇ ਹੱਥ ਵੱਜੇ ਨੇ ਉਹ ਕਈ ਵਾਰੀ ਆ ਪਿਛਲੇ ਦੋ ਤਿੰਨ ਹਫ਼ਤੇ ਹੋ ਗਏ ਨੇ ਕਿ ਅੰਦਰ ਪੁਲਿਸ ਦੇ ਬੈਠਿਆਂ ਨੂੰ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਨੇ ਜੀ। ਤੇ ਫਿਰ ਵੀ ਸਾਡੀ ਪੰਜਾਬ ਦੀ ਪੁਲਿਸ ਮਾੜਾ ਮੋਟਾ ਫਿਰ ਵੀ ਅੱਗਾ ਪਿੱਛਾ ਹੋ ਕੇ ਆਪਣੇ ਆਪ ਬਚਾ
इन्ने लोग साढ़े वटे मारते ने हथियार इटा सड़ते ने फिर भी अपना बचा करना मैं कहना फिर भी इन्हों देशों नालों शुरू तो लैके तो उत्तर तक ढांचा बदलने की लोड़ है। ये कि चीज़ है जी पुलिस के इस वे आप बेहतरी कह सकते हैं तुसी, जे तुम आते जे भी उतों की पुलिस जी वेखो उन्होंने कितनी प्रोवोकेशन है पर फिर भी वो कानून की उलंघना नहीं करते। इतने कानून की उलंघना जी ज़्यादा वा तो पालना इतने इतने घट है। इस तरह थोड़ा सिस्टम चल सकता वा। प्रीतम सिंह जी मेरे ख्याल अपन सिस्टम समझन की लड़ आ और कानून भी समझन की लड़ आ। पुलिस जो भी करे कि वह कानून के तहत कर रही है ये बहुत जरूरी है। मेरे ख्याल प्रीतम सिंह जी किसी दिन ये दोबारा एक दिन मैं विचार करना पैना। मैं पता वा बहुत सारिया कॉल इस वे भी आ रही पर हूँ समा खत्म हो जा रहा। जाने तो पहलों ये मैं दस देव कि 21 फरवरी अंतरराष्ट्रीय मदर लैंग्वेज डे मनाया जाता। इसका छोटा जिहा इतिहास है। बंगलादेश बन तो पहलों उत्थे उर्दू जबान लाजमी सी, लोगों से थापी जाती सी। कुछ विद्यार्थियों ने उत्थों के विद्यार्थियों ने अपनी जुबान यानी बंगाली वास्ते एक बहुत वड्डा मुजाहरा किया और मुजाहरे दे उन्हें कुचलन वास्ते पुलिस ने उन्हें गोली चलाई, 4 बंदे मारे गए। उन्हां दी याद दे विच ये दिन मनाया जाता और फिर यूनाइटेड नेशनस ने इस दिन नूं सारी दुनिया ची मदर लैंग्वेज डे इकरार कर दिता है। सो साडे पंजाबियों वास्ते भी ये दिन पंजाबी जुबान वास्ते बहुत अहम है। जिवें गुरदास मान हुणां ने कहा सीगा कि पंजाबी जुबाने नहीं रकाने मेरे देश दिए, पंजाबी जुबाने नहीं रकाने मेरे देश दिए, फिक्की पै गई है चेहरे दी नुहार। पर मेरा ख्याल है जिन्ना चिर तक गुरदास मान या सुरजीत पात्र वर्गे लेखक जींदे आ अपने विच ने मेरे ख्याल दी नुहार जिहड़ी आ फिक्की नहीं पै सकती। हुण आपां वीकेंड तो बाद मिलांगे। क्रिकेट प्रेमियों नूं मैं याद करवा देवां कि 22 फरवरी नूं भारत ते साउथ अफ्रीका दा वर्ल्ड क्रिकेट दा मैच आ, ये मेलबर्न दे विच खेडिया जा रहा। सो टीवी ते मैच नूं जरूर इंजॉय करियो। मैनूं दिओ इजाजत। नमस्कार, सत श्री अकाल, खुदा हाफिज़।